ਦੋਹਰਾ ਅਸਲਮ ਖਾਨ ਨਿਬਾਬ ਕੇ ਮਨੈ ਭਏ ਦੋਏ ਭਾਏ। ਅਸਲਮ ਖਾਨ ਨਵਾਬ ਜਿਹੜਾ ਖਾਲਸਾ ਜੀ ਉਸ ਵੇਲੇ ਪੰਜਾਬ ਦੇ ਵਿੱਚ ਨਵਾਬੀ ਕਰਦਾ ਸੀਗਾ, ਉਹਦੇ ਮਨ ਚ ਦੋਏ ਭਾਏ ਦੋ ਤਰ੍ਹਾਂ ਦੀ ਗੱਲ ਆਈ ਹੈ। ਮੋਏ ਤਲਬੀ ਸੋ ਖੁਸ਼ ਭਇਓ ਸੋ ਸੋਏ ਦੀਨ ਸੋ ਪਛਤਾਏ। ਮੋਏ ਤਲਬੀ ਸੋ ਖੁਸ਼ ਭਇਓ, ਤਨਖਾਹਾਂ ਮੰਗਣ ਵਾਲੇ ਆਪਣੇ ਹੱਕ ਮੰਗਣ ਵਾਲੇ ਮਾਰੇ ਗਏ, ਹੁਣ ਕੋਈ ਮੰਗੇਗਾ ਨਹੀਂ, ਕਿਹਦੀ ਤਾਂ ਹੋਈ ਖੁਸ਼ੀ। ਮੋਏ ਦੀਨ ਸੋ ਪਛਤਾਏ, ਪਰ ਹੈ ਤੇ ਆਪਣੇ ਦੀਨ ਦੇ ਸਨ, ਇਸ ਕਰਕੇ ਪਛਤਾਵਾ ਵੀ ਹੋਇਆ ਵੀ ਮੇਰੇ ਬੰਦੇ ਸਿੱਖਾਂ ਨੇ ਮਾਰ ਦਿੱਤੇ ਹੈ। ਚਾਉ ਪਈ ਹੁਤੋ ਨਵਾਬ ਮਨਸੂਬ ਬਾਜ। ਨਵਾਬ ਅਸਲਮ ਖਾਨ, ਜ਼ਕਰੀਆ ਖਾਨ ਇਹ ਜਿਹੜੇ ਨਵਾਬ ਸੀਗੇ ਨਾ, ਬਾਹਲੇ ਕਹਿੰਦੇ ਮਨਸੂਬੇਬਾਜ ਸਨ। ਮਨਸੂਬੇਬਾਜ ਦਾ ਮਤਲਬ ਹੈ ਵੀ ਨਵੇਂ ਨਵੇਂ ਮਨਸੂਬੇ ਘੜ ਲੈਂਦੇ, ਚਲਾਕ ਬੜੇ ਸਨ, ਰਾਜਨੀਤੀ ਦੇ ਦਾਅ ਪੇਚ ਹੇਰਾ ਫੇਰੀਆਂ ਸਾਰੀਆਂ ਜਾਣਦੇ ਸਨ। ਉਨ ਸਮਝਿਓ ਭਲ ਆਪਣੋ ਕਾਜ, ਉਹਨਾਂ ਨੇ ਆਖਿਆ ਚਲੋ ਜੋ ਖੁਦਾ ਨੇ ਕੀਤਾ ਸਾਡੇ ਭਲੇ ਲਈ ਕੀਤਾ, ਅੱਲਾ ਤਾਲਾ ਨੇ ਸਾਨੂੰ ਫਾਇਦਾ ਦਿੱਤਾ, ਜੇ ਕਿਤੇ ਇਹ ਕੰਮ ਨਾ ਹੁੰਦਾ ਤੇ ਸਾਡੇ ਬਹੁਤ ਸਾਰੇ ਨੁਕਸਾਨ ਹੋਣੇ ਸਨ। ਟਕੇ ਪੁਜਤ ਥੇ ਹਮ ਤੇ ਨਾਹੇ, ਕਿਉਂਕਿ ਦਿੱਲੀ ਟੈਕਸ ਮੰਗ ਰਿਹਾ ਬਾਦਸ਼ਾਹ ਬੈਠਾ, ਪੰਜਾਬ ਦਾ ਟੈਕਸ ਉਹ ਪਹੁੰਚਣਾ ਨਹੀਂ ਸੀ, ਟੈਕਸ ਤਰਨਾ ਨਹੀਂ ਸੀ, ਟੈਕਸ ਬਹੁਤ ਹੋ ਗਿਆ ਸੀ, ਕਈ ਕਰੋੜ ਰੁਪਈਆ ਪੰਜਾਬ ਦਾ ਟੈਕਸ ਹੋ ਗਿਆ ਸੀ, ਉਹ ਕਰੋੜਾਂ ਰੁਪਈਆ ਖਾਲੀ ਖਜ਼ਾਨਾ ਖਾਲੀ ਸੀਗਾ। ਤੇ ਜ਼ਕਰੀਆ ਖਾਨ ਤੇ ਅਸਲਮ ਖਾਨ ਸੋਚਦੇ ਆ ਵੀ ਟਕੇ ਤਾਂ ਸਾਡੇ ਕੋਲੋਂ ਦਿੱਲੀ ਪਹੁੰਚਣੇ ਨਹੀਂ ਸਨ, ਟੈਕਸ ਤਾਂ ਸਾਡੇ ਤੋਂ ਉਤਰਨਾ ਨਹੀਂ ਸੀ। ਮੁਝ ਕੋ ਫੜ ਲੈ ਦਿੱਲੀ ਜਾਹੇ, ਤੇ ਬਾਦਸ਼ਾਹ ਨੇ ਮੈਨੂੰ ਫੜ ਕੇ ਦਿੱਲੀ ਲੈ ਜਾਣਾ ਸੀ ਵੀ ਤੂੰ ਸੂਬੇਦਾਰ ਕਾਹਦਾ ਹੈ, ਪੈਸਾ ਕਿੱਥੇ ਹੈ, ਪੰਜਾਬ ਦਾ ਟੈਕਸ ਕਿੱਥੇ ਹੈ, ਜ਼ਿੰਮੇਵਾਰੀ ਸੀ ਉਹਦੀ। ਕਹਿੰਦਾ ਮੈਨੂੰ ਫੜ ਕੇ ਲੈ ਜਾਣਾ ਸੀ ਜੇ ਕਿਤੇ ਆਹ ਦੰਗਾ ਫਸਾਦ ਨਾ ਹੁੰਦਾ। ਭਲੀ ਭਈ ਜੋ ਓਏ ਮਰ ਗਏ, ਚੰਗਾ ਹੋਇਆ ਉਹ ਸਾਰੇ ਮਾਰੇ ਗਏ ਨੇ, ਟੈਕਸ ਉਗਰਾਉਣ ਵਾਲੇ ਵੀ ਮਾਰੇ ਗਏ ਨੇ, ਲਿਜਾਣ ਵਾਲੇ ਵੀ ਮਾਰੇ ਗਏ ਨੇ, ਤਨਖਾਹਾਂ ਮੰਗਣ ਵਾਲੇ ਵੀ ਮਾਰੇ ਗਏ ਨੇ, ਗਲੋਂ ਫਾਹ ਵੱਢਿਆ ਗਿਆ ਹੈ। ਹਾਂਜੀ, ਭਲੇ ਭਾਗ ਸੋ ਸਿੰਘ ਆ ਪਏ, ਚੰਗਾ ਕੀਤਾ ਸਿੰਘਾਂ ਨੇ ਹਮਲਾ ਕਰਕੇ ਨਾ ਮੇਰਾ ਰਾਹ ਸਾਫ਼ ਕਰ ਦਿੱਤਾ। ਭਲੇ ਭਾਗ ਸੋ ਸਿੰਘ ਆ ਪਏ, ਸਿੰਘ ਆ ਪਏ ਨੇ, ਉਹ ਫੌਜ ਮਾਰੀ ਗਈ ਹੈ ਜਿਹੜੀ ਮੈਨੂੰ ਤੰਗ ਕਰਦੀ ਸੀ, ਅਤੇ ਮੇਰੀ ਜਾਨ ਛੁੱਟੀ ਹੈ, ਜੇ ਕਿਤੇ ਉਹ ਨਾ ਮਰਦੇ ਮੈਨੂੰ ਟੈਕਸ ਦੇਣਾ ਪੈਣਾ ਸੀ, ਅਤੇ ਮੈਂ ਕਿੱਥੋਂ ਦੇਣਾ ਸੀ, ਮੇਰਾ ਤਾਂ ਖਜ਼ਾਨਾ ਖਾਲੀ ਹੈ। ਹੁਣ ਇਸ ਤਰ੍ਹਾਂ ਅਸਲਮ ਖਾਂ ਦੁਬਦਾ ਜਪਿਆ ਹੋਇਆ ਹੈ। ਹਮ ਹੈ ਕਹਿਣ ਕੋ ਬਣਿਓ ਬਲਾਓ, ਚਲੋ ਸਾਡਾ ਹੁਣ ਬਹਾਨਾ ਬਣ ਤਾਂ ਗਿਆ ਨਾ, ਕਹਿਣ ਜੋਗੇ ਤਾਂ ਹੋ ਗਏ ਹਾਂ ਦਿੱਲੀ ਵਾਲਿਆਂ ਨੂੰ ਜੀ, ਕੀ ਕਰੀਏ, ਪੰਜਾਬ 'ਚ ਸਿੱਖਾਂ ਨੇ ਗੜਬੜ ਕੀਤੀ ਹੈ, ਲੁੱਟ ਕੇ ਲੈ ਗਏ ਨੇ, ਅਸੀਂ ਕੀ ਕਰੀਏ, ਹੁਣ ਸਾਨੂੰ ਟੈਕਸ ਦੇਣ ਤੋਂ ਛੂਟ ਮਿਲ ਜਾਏਗੀ। ਗਨੀਮ ਬਲੀ ਪਰਿਓ ਹਮ ਪਰ ਆਏ, ਹੁਣ ਇਹ ਕਹਿ ਦਿਆਂਗੇ ਨਾ ਬਈ ਗਨੀਮ ਵੈਰੀ ਬਲੀ ਹੈ, ਸ਼ਕਤੀਸ਼ਾਲੀ ਹੈ ਇਸ ਖਾਲਸਾ ਪੰਥ, ਉਹ ਸਾਡੇ 'ਤੇ ਆ ਚੜ੍ਹਦਾ, ਉਹ ਸਾਨੂੰ ਲੁੱਟ ਕੇ ਲੈ ਜਾਂਦੇ ਆ ਸਿੰਘ। ਬੰਦਾ ਮਰਨੇ ਨਾ ਗਨੀਮ ਮਰ ਗਇਓ, ਬੰਦਾ ਮਰ ਗਿਆ ਪਰ ਅਜੇ ਸਾਰੇ ਸਿੱਖ ਥੋੜ੍ਹਾ ਮਰੇ ਨੇ, ਸਾਰੇ ਵੈਰੀ ਥੋੜ੍ਹਾ ਮਰੇ ਨੇ, ਇਕੱਲਾ ਬੰਦਾ ਮਰਿਆ ਬੰਦਾ ਬਹਾਦਰ, ਪਰ ਅਜੇ ਸਿੱਖਾਂ ਦੇ ਵਿੱਚ ਜਿਹੜੀ ਰਾਜ ਕਰਨ ਦੀ ਰਾਜ ਖੋਹਣ ਦੀ ਭਾਵਨਾ ਉਹ ਜਿਉਂਦੀ ਹੈ, ਅਤੇ ਜਿਹੜੇ ਦੂਸਰੇ ਤੱਤ ਖਾਲਸੇ ਵਾਲੇ ਸਿੱਖ ਬੰਦੇ ਤੋਂ ਵੱਖਰੇ ਹੋਏ ਸੀ
ਹੁਣ ਉਹ ਵੀ ਹੱਥ ਚੁੱਕਣ ਲੱਗ ਪਏ ਨੇ। ਉਸ ਤੇ ਚੌਗਣ ਸੋ ਆਪ ਭਾਇਓ, ਬੰਦਾ ਤਾਂ ਇਕੱਲਾ ਸੀਗਾ, ਹੁਣ ਤੇ ਪਤਾ ਨੀ ਕਿੰਨੇ ਹੀ ਬੰਦੇ ਹੋ ਗਏ ਨੇ, ਹੁਣ ਤੇ ਚੌਗਣਾ ਹੋ ਗਿਆ ਖਾਲਸਾ ਪੰਥ। ਇਮ ਲਿਖ ਕੇ ਉਨ ਦਿੱਲੀ ਘੱਲ ਦਇਓ, ਇਸ ਤਰ੍ਹਾਂ ਲਿਖ ਕੇ ਖਾਲਸਾ ਜੀ ਸੂਬੇ ਨੇ ਦਿੱਲੀ ਆਪਣਾ ਪੱਲਾ ਛਡਾਉਣ ਵਾਸਤੇ, ਪੱਲਾ ਝਾੜਨ ਵਾਸਤੇ ਲਿਖ ਕੇ ਭੇਜ ਦਿੱਤਾ ਵੀ ਟੈਕਸ ਤੋਂ ਬਚਾ ਹੋ ਜਾਵੇ। ਸਿਰ ਸਦ ਕੇ ਸ਼ਾਹ ਲਸ਼ਕਰ ਭਇਓ, ਔਰ ਜਾ ਕੇ ਬਾਦਸ਼ਾਹ ਨੂੰ ਆਖਿਆ ਜੀ ਤੁਹਾਡਾ ਲਸ਼ਕਰ ਮਾਰਿਆ ਗਿਆ, ਸਾਨੂੰ ਬੜਾ ਅਫਸੋਸ ਹੈ ਵੀ ਸ਼ਾਹੀ ਗੁਮਾਸਤੇ ਜਿਹੜੇ ਆਏ ਸੀ ਦਿੱਲੀ ਤੋਂ ਟੈਕਸ ਲੈਣ, ਉਹ ਮਾਰੇ ਤਾਂ ਸਿੱਖਾਂ ਨੇ, ਅਸੀਂ ਤਾਂ ਉਹਨਾਂ ਦੀ ਹਿਫਾਜ਼ਤ ਕਰਨੀ ਚਾਹੁੰਦੇ ਸੀ, ਸਿੱਖ ਉਹਨਾਂ ਨੂੰ ਵੀ ਮਾਰ ਕੇ ਤੇ ਖਜ਼ਾਨਾ ਸਾਰਾ ਲੁੱਟ ਕੇ ਲੈ ਗਏ ਨੇ, ਅਸੀਂ ਹੁਣ ਤੁਹਾਨੂੰ ਖਜ਼ਾਨਾ ਹੈ ਕੋਈ ਨਹੀਂ ਸੀ, ਜੇ ਹੈ ਵੀ ਸੀ ਤੇ ਦੇ ਕੇ ਰਾਜੀ ਨਹੀਂ ਸੀਗੇ, ਉਹਨਾਂ ਨੂੰ ਵੀ ਕਹਿਤਾ ਵੀ ਥੋੜਾ ਬਾਲਾ ਦੇ ਕੇ ਤੋਰ ਦਿੱਤਾ, ਅੱਧਾ ਕਹਿੰਦੇ ਵੀ ਦਸਵਾਂ ਕੁ ਹਿੱਸਾ ਤੋਰਿਆ ਸੀਗਾ ਜ਼ਕਰੀਆ ਖਾਨ ਨੇ, ਹੁਣ ਜਿੰਨਾ ਉਹ ਮੰਗਦੇ ਸੀ ਕਰੋੜਾਂ ਦੇ ਹਿਸਾਬ ਨਾਲ ਉਹਨਾਂ ਇਹ ਦੇ ਨਹੀਂ ਸੀ ਸਕਦੇ, ਥੋੜਾ ਜਿਹਾ ਦੇ ਕੇ ਤੋਰਿਆ। ਫਿਰ ਇਹਨਾਂ ਨੇ ਸੋਚਿਆ ਵੀ ਜੇ ਦਿੱਲੀ ਪਹੁੰਚੇਗਾ ਬਾਦਸ਼ਾਹ ਨੇ ਸਬਰ ਨਹੀਂ ਕਰਨਾ, ਉਹ ਸਿੰਘਾਂ ਨੂੰ ਕਿਸੇ ਤਰੀਕੇ ਨਾਲ ਖਬਰ ਕਰਾ ਦਿੱਤੀ ਵੀ ਉੱਥੇ ਖਜ਼ਾਨਾ ਜਾ ਰਿਹਾ, ਸਿੰਘਾਂ ਨੇ ਤਰਨ ਤਾਰਨ ਸਾਹਿਬ ਤੋਂ ਝਬਾਲ ਦੇ ਲੱਗ ਕੇ ਜਾ ਰਿਹਾ ਸੀ, ਉੱਥੇ ਲੁੱਟ ਲਿਆ, ਘੋੜੇ ਸੀਗੇ ਮੁਰਤਜਾ ਖਾਨ ਸਦਾਕਰ ਦੇ 1000 ਘੋੜੇ, ਉਹ ਵੀ ਸਿੰਘ ਲੁੱਟ ਕੇ ਲੈ ਗਏ। ਉਹਦੇ ਕਰਕੇ ਹੁਣ ਇਹ ਕਹਿੰਦੇ ਵੀ ਦਿੱਲੀ ਵਾਲਿਆਂ ਨੂੰ ਜੀ ਅਸੀਂ ਤਾਂ ਤੁਆਰਦੇ ਸੀ ਟੈਕਸ, ਸਿੱਖ ਹੀ ਖੋ ਕੇ ਲੈ ਗਏ, ਹੁਣ ਅਸੀਂ ਕੀ ਕਰੀਏ। ਬੇਵਾਸਤੇ ਕੀ ਗੱਲ ਉਹਨ ਨਹਿ ਕਹੀ, ਅੰਦਰਲੀ ਗੱਲ ਜਿਹੜੀ ਸੀ ਰਾਜਨੀਤੀ ਦੀ ਉਹ ਨਹੀਂ ਦੱਸੀ ਆਪਣੀ, ਵੀ ਅਸੀਂ ਆਪ ਹੀ ਦੇ ਕੇ ਰਾਜੀ ਨਹੀਂ ਹੈ ਪੈਸੇ, ਇਹ ਗੱਲ ਨਹੀਂ ਦੱਸੀ, ਸਿੰਘਾਂ ਦੇ ਗੱਲ ਪਾਤੀ ਸਾਰੀ ਗੱਲ ਵੀ ਸਿੰਘ ਲੁੱਟ ਕੇ ਲੈ ਗਏ। ਨਿਜ ਢੱਬ ਕੀ ਉਹਨ ਬਾਤ ਲਿਖ ਦਈ, ਆਪਣੇ ਢੰਗ ਦੀ ਆਪਣੇ ਤਰੀਕੇ ਦੀ, ਜਿਹਦੇ ਨਾਲ ਆਪਣਾ ਬਚਾਅ ਹੋਵੇ, ਆਪਣਾ ਪੱਲਾ ਝੜਦਾ ਹੋਵੇ। ਸੂਬੇ ਨੇ ਦਿੱਲੀ ਦਰਬਾਰ ਨੂੰ ਐਸਾ ਗੋਲ ਮੋਲ ਜਵਾਬ ਦੇ ਦਿੱਤਾ, ਮਨਸੂਬੇ ਸੋ ਉਹਨ ਖੇਲਿਓ ਖੇਲ, ਬੜੇ ਮਨਸੂਬੇ ਨਾਲ ਉਹਨੇ ਗੇਮ ਖੇਡੀ, ਐਸੀ ਖੇਡ ਖੇਡੀ ਵੀ ਬਾਦਸ਼ਾਹ ਦਾ ਵੀ ਮੂੰਹ ਬੰਦ ਕਰ ਦਿੱਤਾ, ਆਪਣਾ ਵੀ ਪੱਲਾ ਝਾੜ ਲਿਆ ਚੰਗੀ ਤਰ੍ਹਾਂ। ਸਿੰਘਾਂ ਸਿਉ ਕਰਨ ਲੱਗਿਓ ਮੇਲ, ਇਧਰੋਂ ਸਿੰਘਾਂ ਨਾਲ ਸੁਲਾਹ ਕਰਨ ਦੀਆਂ ਤਿਆਰੀਆਂ ਕਰਨ ਲੱਗ ਪਿਆ ਜ਼ਕਰੀਆ ਖਾਨ। ਅਸਲਮ ਖਾਨ ਵੱਡ ਸੂਬੇਦਾਰ, ਵੱਡਾ ਸੀ ਅਸਲਮ ਖਾਨ ਉਹਦਾ ਪਿਤਾ, ਇਹਨਾਂ ਨੇ ਸਲਾਹ ਕੀਤੀ, ਉਹਨ ਲਿਖਿਓ ਪਾਤਸ਼ਾਹ ਹੈ ਪੇਚੇ ਨਾਰ, ਉਹਨੇ ਪਾਤਸ਼ਾਹ ਨੂੰ ਗੱਲ ਲਿਖ ਕੇ ਜਿਹੜੀ ਭੇਜੀ ਪੇਚਦਾਰ ਭੇਜੀ ਗੋਲ ਮੋਲ, ਐਸੀ ਗੱਲ ਵੀ ਨਾ ਤੇ ਕਿਸੇ ਨੂੰ ਸਮਝ ਆਵੇ ਵੀ ਗੱਲ ਅੰਦਰਲੀ ਕੀ ਹੈ, ਆਪਣੇ ਵੱਲੋਂ ਸਫਾਈ ਵੀ ਪੂਰੀ ਦੇ ਦਿੱਤੀ। ਇਹ ਗਨੀਮ ਹੈ ਬੁਰੀ ਬਲਾਈ, ਸਿੰਘਾਂ ਬਾਰੇ ਲਿਖ ਕੇ ਭੇਜਿਆ ਵੀ ਆ ਜਿਹੜੇ ਸਿੰਘ ਨੇ ਨਾ ਇਹ ਬੜੀ ਬੁਰੀ ਬਲਾ ਨੇ, ਇਹ ਗਨੀਮ ਹੈ ਬੁਰੀ ਬਲਾਈ, ਇਹ ਸਿੱਖ ਜਿਹੜੇ ਨੇ ਇਹ ਬੜੇ ਦੁਸ਼ਮਣ ਨੇ ਸਰਕਾਰ ਦੇ, ਕਹੋ ਪਰਚਾਈਏ ਇਸ ਟੁੱਕ ਪਾਏ, ਹੁਣ ਇਹਨਾਂ ਨੂੰ ਕਿਸੇ ਤਰੀਕੇ ਨਾਲ ਪਰਚਾ ਲਈਏ, ਜੇ ਕਿਤੇ ਸਰਕਾਰ ਕਵੇ ਵੀ ਆਪਾਂ ਹੁਣ ਇਸ ਟਾਈਮ ਇਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ, ਉਹ ਸਾਥੋਂ ਹੋਣਾ ਕੋਈ ਨਹੀਂ, ਪੰਜਾਬ 'ਚ ਇੰਨੀ ਫੌਜ ਕੋਈ ਨਹੀਂ, ਜਿਹੜੀ ਫੌਜ ਸੀ ਸਿੱਖਾਂ ਨੇ ਮਾਰ ਦਿੱਤੀ ਹੈ, ਜਿਹੜਾ ਖਜ਼ਾਨਾ ਸੀ ਉਹ ਸਿੱਖ ਲੁੱਟ ਕੇ ਲੈ ਗਏ, ਨਵੀਂ ਫੌਜ ਭਰਤੀ ਕਰਨ ਜੋਗਾ ਸਾਡੇ ਕੋਲ ਪੈਸਾ ਕੋਈ ਨਹੀਂ, ਇੱਦਾਂ ਕਰੀਏ ਵੀ ਸਿੱਖਾਂ ਨੂੰ ਵੀ ਆਪਾਂ ਨਾ ਕੋਈ ਟੁੱਕਰ ਪਾ ਦਈਏ, ਪਰਚਾ ਲਈਏ, ਯਾਨੀ ਕਿ ਥੋੜਾ ਬਾਲਾ ਲਾਲਚ ਦੇ ਕੇ ਸਿੱਖਾਂ ਨੂੰ ਠੰਡੇ ਰੱਖੀਏ। ਦੋਹਰਾ ਗੁੜ ਦਿੱਤਾ ਦੁਸ਼ਮਣ ਮਰੈ, ਕਿਮ ਮੋਹਰੋ ਖਰੀਦੀਏ ਧਾਏ, ਸਿਆਣਿਆਂ ਨੇ ਕਿਹਾ ਜੇ ਦੁਸ਼ਮਣ ਗੁੜ ਦਿੱਤਿਆ ਮਰਦਾ ਹੋਵੇ ਜ਼ਹਿਰ ਦੇਣ ਦੀ ਕੀ ਲੋੜ ਹੈ, ਯਾਨੀ ਜੰਗ ਕਰਕੇ ਸਿੱਖਾਂ ਨੂੰ ਮਾਰਨ ਦੀ ਕੀ ਲੋੜ ਹੈ, ਜੇ ਥੋੜੇ ਬਾਲੇ ਪੈਸੇ ਨਾਲ ਹੀ ਠੰਡੇ ਹੋ ਜਾਣ।
ਕਹੈ ਸਿਆਣੇ ਗੱਲ ਇਮੈ ਟੁੱਕ ਪਾਏ ਕੁੱਤਾ ਨਾ ਕਟਾਏ। ਕਹਿੰਦੇ ਸਿਆਣੇ ਕਹਿੰਦੇ ਐ ਉਹ ਗੱਲ ਤੁਰਕ ਕਹਿ ਰਿਹਾ ਕਿਉਂਕਿ ਉਹ ਖਾਲਸੇ ਨੂੰ ਮਾੜਾ ਹੀ ਸਮਝਦੇ ਸੀ ਨਾ। ਉਹਨੇ ਚਿੱਠੀ ਚ ਲਿਖਿਆ ਬਾਦਸ਼ਾਹ ਕਹਿੰਦੇ ਆ ਵੀ ਜੇ ਕੁੱਤੇ ਨੂੰ ਟੁੱਕਰ ਪਾ ਦਈਏ ਉਹ ਵੀ ਨਹੀਂ ਕੱਟਦਾ, ਤੇ ਇਹ ਤਾਂ ਸਿੱਖ ਜਿਹੜੇ ਨੇ ਸਾਡੇ ਵੈਰੀ ਨੇ, ਜਾਨੀ ਦੁਸ਼ਮਣ ਨੇ, ਇਹਨਾਂ ਨੂੰ ਕੋਈ ਨਾ ਕੋਈ ਲਾਲਚ ਦੇ ਦਈਏ ਤੇ ਇਹ ਸਾਡਾ ਕੰਮ ਸੇ ਕੰਮ ਖਹਿੜਾ ਛੱਡ ਜਾਣਗੇ। ਚਾਉ ਪਈ ਕਹੋ ਤੋ ਉਸ ਸੋਂ ਛਲ ਕੋ ਕੀਜੈ। ਜੇ ਤੁਹਾਡਾ ਹੁਕਮ ਹੋਵੇ ਤੇ ਸਿੱਖਾਂ ਨਾਲ ਕੋਈ ਧੋਖਾ ਕਰੀਏ, ਕੋਈ ਛਲ ਕਰੀਏ, ਇਹਨਾਂ ਨੂੰ ਐਸੇ ਤਰੀਕੇ ਚ ਫਸਾਈਏ ਵੀ ਇਹ ਸਾਡੇ ਦਾ ਥੱਲੇ ਆ ਜਾਣ। ਫਿਰ ਮਾਰ ਲਿਹੇ ਜਬ ਆਵਣ ਭਤੀਜੈ। ਜੇ ਕਦੀ ਇਹ ਸਾਡੇ ਗੱਲਾਂ ਚ ਆ ਜਾਣ ਮੌਕਾ ਪਾ ਕੇ ਮਾਰ ਦਿਆਂਗੇ, ਝਟਕ ਦਿਆਂਗੇ, ਇਹਨਾਂ ਨੂੰ ਖਤਮ ਕਰ ਦਿਆਂਗੇ ਸਿੱਖਾਂ ਨੂੰ, ਜਿਵੇਂ ਅਸੀਂ ਬੰਦੇ ਨੂੰ ਮਾਰਿਆ ਸੀ ਇਵੇਂ ਇਹਨਾਂ ਨੂੰ ਵੀ ਮਾਰ ਦਿਆਂਗੇ। ਕਹੋ ਉਹਨੇ ਸਿਰ ਪਾਵ ਕਲਾਵਾ। ਜੇ ਤੇ ਤੁਸੀਂ ਕਹੋ ਤੇ ਅਸੀਂ ਇਹਨਾਂ ਨੂੰ ਸਰੋਪਾ ਭੇਜ ਦਈਏ। ਦਿੱਲੀ ਦਰਬਾਰ ਤੋਂ ਮਨਜ਼ੂਰੀ ਮੰਗ ਰਿਹਾ ਹੈ ਪੰਜਾਬ ਦਾ ਸੂਬੇਦਾਰ, ਕਹਿੰਦਾ ਜੇ ਤੁਸੀਂ ਆਖੋ ਮੈਂ ਸਰੋਪਾ ਭੇਜ ਦਿਆਂ, ਸਿੰਘ ਸਰੋਪਾ ਵੇਖ ਕੇ ਖੁਸ਼ ਹੋ ਜਾਣਗੇ। ਲੇਟ ਪੇਟ ਸੋ ਉਹਨੇ ਪਤਿਆਵਾ। ਮੈਂ ਇਹਨਾਂ ਨੂੰ ਲੇਟ ਪੇਟ ਕਰਕੇ ਯਾਨੀ ਕਿ ਪੋਚਾ ਪਾਚੀ ਕਰਕੇ ਪਤਿਆ ਲਵਾਂ, ਮਿੱਠਾ ਬਣ ਗਏ। ਉਤ ਇਮ ਲਿਖ ਇਤ ਔਰੈ ਕਰੀ। ਇਧਰ ਦਿੱਲੀ ਨੂੰ ਇਹ ਲਿਖ ਕੇ ਭੇਜ ਦਿੱਤਾ, ਬੜਾ ਚਲਾਕ ਸੀਗਾ। ਇੱਕ ਤਾਂ ਉਹਨੇ ਕਰੋੜਾਂ ਰੁਪਇਆ ਹਜਮ ਕਰਨਾ ਸੀ, ਮਾਮਲਾ ਨਹੀਂ ਸੀ ਤਾਰਨਾ ਦਿੱਲੀ ਦਰਬਾਰ ਦਾ, ਤੇ ਇੱਕ ਉਹਨੇ ਸੋਚਿਆ ਵੀ ਹੁਣ ਜੇ ਮੈਂ ਪੰਜਾਬ ਦੇ ਵਿੱਚ ਗੜਬੜ ਕਰਾਂਗਾ, ਸਿੱਖ ਬਾਗੀ ਹੋਣਗੇ, ਹੋ ਸਕਦਾ ਉੱਤੋਂ ਦਿੱਲੀ ਵਾਲੇ ਮੇਰੀ ਬਦਲੀ ਕਰਕੇ ਕਿਤੇ ਹੋਰ ਭੇਜ ਦੇਣ ਤੇ ਇਹ ਪੰਜਾਬ ਦੀ ਸੂਬੇਦਾਰੀ ਮੇਰੇ ਤੋਂ ਨਾ ਜਾਂਦੀ ਰਹੇ। ਆਪਣੇ ਨੰਬਰ ਪੂਰੇ ਬਣਾਉਣ ਵਾਸਤੇ, ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਸਤੇ ਉਹਨੇ ਪੂਰਾ ਬੰਦੋਬਸਤ ਆਪਣੇ ਦਿਮਾਗ ਨਾਲ ਬਣਾ ਲਿਆ ਕਿ ਦਿੱਲੀ ਵਾਲੇ ਮੈਨੂੰ ਬਦਲਣ ਵੀ ਨਾ ਤੇ ਹੋਰ ਪੈਸਾ ਵੀ ਨਾ ਮੰਗਣ। ਇਸ ਤਰੀਕੇ ਨਾਲ ਉਹਨੇ ਇਹ ਲਿਖਤ ਲਿਖ ਕੇ ਘੱਲੀ। ਸੁਬੇਗ ਸਿੰਘ ਸੱਦਿਓ ਉਸ ਹੀ ਘਰੀ। ਇੱਧਰ ਉਹਨੇ ਭਾਈ ਸਾਹਿਬ ਭਾਈ ਸੁਬੇਗ ਸਿੰਘ ਵਕੀਲ ਨੂੰ ਸੱਦ ਲਿਆ। ਸੁਬੇਗ ਸਿੰਘ ਸ਼ਾਹਬਾਜ ਸਿੰਘ ਦੋ ਪਿਓ ਪੁੱਤਰ ਹੋਏ ਨੇ ਜਿਨ੍ਹਾਂ ਦੀ ਸ਼ਹੀਦੀ ਹੋਈ ਹੈ, ਤੇ ਤੁਸੀਂ ਇਹਨਾਂ ਦੀ ਕਥਾ ਸੁਣਦੇ ਹੋ ਵੀ ਚਰਖੜੀ ਤੇ ਚਾੜ ਕੇ ਦੋਵਾਂ ਨੂੰ ਸ਼ਹੀਦ ਕੀਤਾ ਸੀ। ਪਰ ਉਹ ਬਾਅਦ ਦੀਆਂ ਗੱਲਾਂ ਜਦੋਂ ਇਹਨਾਂ ਦੀ ਸ਼ਹੀਦੀ ਦਾ ਪ੍ਰਸੰਗ ਆਏਗਾ ਉਹ ਦੱਸਾਂਗੇ। ਅਜੇ ਤਾਂ ਇਹ ਸਰਕਾਰੀ ਵਕੀਲ ਹਨ, ਦਿੱਲੀ ਦਰਬਾਰ ਤੇ ਲਾਹੌਰ ਦਰਬਾਰ ਦੇ ਵਿੱਚ ਰਹਿੰਦੇ ਆ। ਸੁਬੇਗ ਸਿੰਘ ਜੰਬਰ ਬਹੁਤ ਪੜ੍ਹਿਆ ਲਿਖਿਆ, ਫਾਰਸੀ ਅਰਬੀ ਪੜ੍ਹਿਆ, ਰਾਜਨੀਤੀ ਦਾ ਗਿਆਨੀ, ਸਰਕਾਰੀ ਦਰਬਾਰ ਵਿੱਚ ਇਹਦੀ ਚੰਗੀ ਪਹੁੰਚ ਸੀਗੀ, ਲਾਹੌਰ ਹੀ ਰਹਿੰਦਾ ਸੀ। ਅਤੇ ਸੁਬੇਗ ਸਿੰਘ ਨੂੰ ਕੋਤਵਾਲ ਵੀ ਰੱਖਿਆ ਲਾਹੌਰ ਦਾ ਬਣਾ ਕੇ, ਅਤੇ ਇਹ ਵਪਾਰੀ ਵੀ ਬੜਾ ਤਗੜਾ ਸੀਗਾ, ਕਰੋੜਾਂਪਤੀ ਆਦਮੀ ਸੀ, ਗੁਰੂ ਦੀ ਕਿਰਪਾ ਬਹੁਤ ਸੀ। ਅਤੇ ਸ਼ਹਿਰ ਦੇ ਪਤਵੰਤਿਆਂ ਵਿੱਚ ਭਾਈ ਸੂਰਤ ਸਿੰਘ, ਦੀਵਾਨ ਕੌੜਾ ਮੱਲ, ਅਤੇ ਇਸੇ ਤਰ੍ਹਾਂ ਕਿਰਪਾ ਰਾਮ ਨਾਮ ਦਾ ਇੱਕ ਹੋਰ ਕਈ ਬੰਦੇ ਸਨ ਜਿਹੜੇ ਲਾਹੌਰ ਦੇ ਮੁਖੀ ਸ਼ਹਿਰ ਦੇ ਸਨ, ਜਿਹੜੇ ਸਿੱਖਾਂ ਦਾ ਪੱਖ ਰੱਖਦੇ ਸਨ। ਕਈ ਵਾਰ ਉਹਨਾਂ ਨੇ ਸਿੱਖਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਸੁਬੇਗ ਸਿੰਘ ਅੰਮ੍ਰਿਤਧਾਰੀ ਸਿੰਘ ਸੀ ਪਰ ਮਿਲਵਰਤਨੀਆ ਸੀ, ਸਰਕਾਰ ਦੇ ਨਾਲ ਉਹਦੀ ਬਹਿਣ ਉੱਠਣ ਸੀਗੀ। ਉਹਨੂੰ ਬੁਲਾਇਆ ਸੂਬੇ ਨੇ, ਕਹਿਓ ਜਾਹੇ ਤੂੰ ਖਾਲਸੋ ਵੱਲ। ਸੂਬਾ ਕਹਿਣ ਲੱਗਾ ਕਿ ਭਾਈ ਸੁਬੇਗ ਸਿੰਘ ਜੀ ਤੂੰ ਖਾਲਸੇ ਵੱਲ ਜਾ, ਸਿੰਘਾਂ ਵੱਲ, ਸ੍ਰੀ ਅਕਾਲ ਤਖ਼ਤ ਤੇ ਜਾ ਕੇ ਮੇਰੇ ਵੱਲੋਂ ਗੱਲਬਾਤ ਸ਼ੁਰੂ ਕਰ। ਅਮਰੀ ਉਣ ਕੀ ਕਰਾ ਦੇ ਹੋ ਗੱਲ। ਮੇਰੀ ਤੇ ਸਿੰਘਾਂ ਦੀ ਸੁਲਾਹ ਕਰਾ ਦੇ, ਗੱਲ ਕਰਾ ਦੇ।
ਤੂੰ ਵਿਚੋਲਾ ਬਣ ਜਾ, ਕਿਉਂਕਿ ਸਿੰਘ ਤੈਨੂੰ ਵੀ ਜਾਣਦੇ ਆ ਤੇ ਤੂੰ ਮੈਨੂੰ ਜਾਣਦਾ। ਮੇਰੇ ਵੱਲੋਂ ਪੱਕੀ ਗਰੰਟੀ ਆ, ਮੈਂ ਜੋ ਕਹਾਂਗਾ ਉਹਦੇ 'ਤੇ ਪੂਰਾ ਉਤਰਾਂਗਾ। ਤੂੰ ਸਿੰਘਾਂ ਨੂੰ ਭਰੋਸਾ ਦਵਾ ਵੀ ਸਾਡੀ ਤੇ ਸਿੰਘਾਂ ਦੀ ਕੋਈ ਦੁਸ਼ਮਣੀ ਨਹੀਂ ਹੈ। ਭਲੀ ਕਰੀ ਉਨ ਜਹਿ ਫੌਜ ਮਾਰੀ, ਸਿੰਘਾਂ ਨੂੰ ਆਖਿਆ ਜੇ ਵੀ ਤੁਸੀਂ ਚੰਗਾ ਕੀਤਾ ਜਿਹੜੀ ਇਹ ਦਿੱਲੀ ਦੀ ਫੌਜ ਮਾਰ ਦਿੱਤੀ ਹੈ, ਮੇਰਾ ਤੇ ਖਹਿੜਾ ਛੁੱਟ ਗਿਆ, ਮੈਂ ਤਾਂ ਤੁਹਾਡਾ ਧੰਨਵਾਦੀ ਹਾਂ। ਜੇ ਤੁਸੀਂ ਕਿਤੇ ਸਰਕਾਰੀ ਫੌਜ ਨਾ ਮਾਰਦੇ, ਮੈਨੂੰ ਕਈ ਕਰੋੜਾਂ ਰੁਪਈਆ ਦਿੱਲੀ ਤਾਰਨਾ ਪੈਣਾ ਸੀ, ਤੇ ਮੈਂ ਬਈ ਸਿੰਘਾਂ ਦਾ ਤਾਂ ਕਰਜਾਈ ਹਾਂ, ਸਿੰਘਾਂ ਦਾ ਤਾਂ ਮੈਂ ਧੰਨਵਾਦੀ ਹਾਂ। ਹਮਰੇ ਸਿਰ ਤੇ ਜਨ ਜੂੰ ਟਾਰੀ, ਸਾਡੇ ਸਿਰ ਦੀ ਜੂੰ ਕੱਢ ਦਿੱਤੀ ਹੈ, ਸਾਡੇ ਸਿਰ ਦੀ ਜੂੰ ਸੀਗੀ ਤੰਗ ਕਰਨ ਵਾਲੀ ਦਿੱਲੀ, ਉਹ ਤੁਸੀਂ ਟਾਲ ਦਿੱਤੀ ਹੈ। ਹੁਣ ਦਿੱਲੀ ਵਾਲੇ ਭੱਜ ਗਏ ਨੇ ਤੇ ਅਸੀਂ ਕਹਿ ਦਿੱਤਾ ਵੀ ਸਿੰਘ ਲੈ ਗਏ, ਤੇ ਤੁਸੀਂ ਚੰਗਾ ਕੀਤਾ, ਸਾਡਾ ਬਹੁਤ ਤੁਸੀਂ ਭਲਾ ਕੀਤਾ ਜੇ, ਤੁਸੀਂ ਸਾਡੇ ਭਾਈ ਹੋ। ਐਸ ਭਾਂਤ ਜਾ ਉਨ ਸਮਝਾਈਓ, ਇਹ ਸੁਵੇਗ ਸਿੰਘ ਜੀ ਤੂੰ ਸਿੰਘਾਂ ਨੂੰ ਜਾ ਕੇ ਸ੍ਰੀ ਅਕਾਲ ਤਖ਼ਤ ਤੇ ਇਹ ਗੱਲ ਸਮਝਾਈ। ਓਏ ਹਮੇ ਬਰਾਦਰ ਹਮ ਉਸ ਭਈਓ, ਉਹ ਸਾਡੇ ਭਰਾ ਸੀ ਉਹਨਾਂ ਦੇ ਭਰਾ, ਉਹ ਹਮੇ ਬਰਾਦਰ ਉਹ ਸਾਡੇ ਬਰਾਦਰ ਹਨ, ਭਰਾ ਹਨ, ਅਸੀਂ ਉਹਨਾਂ ਦੇ ਭਰਾ ਹਾਂ, ਉਹ ਵੀ ਗੁਰੂ ਨਾਨਕ ਨੂੰ ਮੰਨਦੇ ਆ, ਅਸੀਂ ਵੀ ਗੁਰੂ ਨਾਨਕ ਨੂੰ ਮੰਨਦੇ। ਦੇਖੋ ਜਦੋਂ ਕੋਈ ਲੋੜ ਪੈਂਦੀ ਸੀ ਉਦੋਂ ਗੁਰੂ ਨਾਨਕ ਦੇ ਮੁਰੀਦ ਬਣ ਜਾਂਦੇ ਸੀ, ਜਦੋਂ ਟਾਈਮ ਲੰਘ ਜਾਂਦਾ ਸੀ ਉਦੋਂ ਸਿੱਖਾਂ ਦੇ ਵੈਰੀ ਬਣ ਜਾਂਦੇ ਸੀ, ਇਹ ਸੀ ਉਸ ਵੇਲੇ ਰਾਜਨੀਤੀ ਲੋਕਾਂ ਦਾ ਹਾਲ। ਸੋ ਜ਼ਕਰੀਆ ਖਾਨ ਅਤੇ ਅਸਲਮ ਖਾਨ ਵਰਗੇ ਸੂਬੇਦਾਰ ਕਹਿੰਦੇ ਹੈ ਕਿ ਸਿੰਘ ਸਾਡੇ ਭਰਾ ਹਨ, ਅਸੀਂ ਵੀ ਬਾਬੇ ਨਾਨਕ ਨੂੰ ਹੀ ਮੰਨਦੇ ਹਾਂ, ਉਹ ਵੀ ਬਾਬੇ ਨਾਨਕ ਨੂੰ ਮੰਨਦੇ ਨੇ। ਤੁਮ ਹਮ ਸੁਖ ਦੇਹੋ ਹਮ ਤੁਮ ਸੁਖ ਦਾਏ, ਤੁਸੀਂ ਸਾਨੂੰ ਸੁਖ ਦਿਓ ਅਸੀਂ ਤੁਹਾਨੂੰ ਸੁਖ ਦਿਆਂਗੇ, ਰਲ ਮਿਲ ਕੇ ਪੰਜਾਬ ਦਾ ਰਾਜ ਕਰਾਂਗੇ, ਆਪਾਂ ਦਿੱਲੀ ਵਾਲਿਆਂ ਤੋਂ ਕੀ ਲੈਣਾ, ਉਹਨਾਂ ਨੂੰ ਆਪਾਂ ਵੇਖ ਲਾਂਗੇ, ਆਪਾਂ ਪੰਜਾਬ ਵਿੱਚ ਆਰਾਮ ਨਾਲ ਰਹੀਏ ਦੋਵੇਂ ਭਰਾ ਰਲ ਕੇ, ਰਲ ਮਿਲ ਲਈਏ ਮੁਲਕ ਵਸਾਏ, ਰਲ ਮਿਲ ਕੇ ਪੰਜਾਬ ਨੂੰ ਵਸਾਈਏ, ਕਿਉਂਕਿ ਜ਼ਕਰੀਆ ਤੇ ਅਸਲਮ ਇਹ ਸਮਝਦੇ ਆ ਵੀ ਸਿੱਖ ਜਿਹੜੇ ਉਹ ਪੰਜਾਬ ਨੂੰ ਉਜਾੜਨਾ ਨਹੀਂ ਚਾਹੁੰਦੇ, ਇਹ ਉਹਨਾਂ ਨੂੰ ਪਤਾ ਪੰਜਾਬ ਸਿੱਖਾਂ ਦਾ, ਤੇ ਕਦੀ ਵੀ ਸਿੱਖ ਨਹੀਂ ਚਾਹੁਣਗੇ ਵੀ ਸਾਡਾ ਮੁਲਕ ਉੱਜੜੇ, ਤੇ ਉਸੇ ਢੰਗ ਦੀ ਗੱਲ ਕਰ ਰਿਹਾ ਉਹ, ਕਹਿੰਦਾ ਰਲ ਮਿਲ ਕੇ ਆਪਾਂ ਪੰਜਾਬ ਵਸਾਈਏ, ਤੁਸੀਂ ਵੀ ਵਸਾਉਣ ਦਾ ਯਤਨ ਕਰੋ, ਆਪਾਂ ਵੀ ਤੁਹਾਡੇ ਨਾਲ ਸਾਥ ਦਈਏ, ਤੇ ਪੰਜਾਬ ਆਪਣਾ ਭਰਾਵਾਂ ਦਾ, ਆਪਾਂ ਦੋਵੇਂ ਗੁਰੂ ਨਾਨਕ ਦੇ ਬੱਚੇ ਹਾਂ, ਅਸੀਂ ਮੁਰੀਦ ਹਾਂ ਤੁਸੀਂ ਸਿੱਖੋ, ਫਰਕ ਇੰਨਾ ਹੀ ਹੈ, ਤੁਸੀਂ ਗੁਰੂ ਨਾਨਕ ਨੂੰ ਗੁਰੂ ਮੰਨਦੇ ਹੋ ਅਸੀਂ ਪੀਰ ਮੰਨਦੇ ਹਾਂ, ਹੈ ਤਾਂ ਆਪਾਂ ਭਰਾ ਹੀ ਹਾਂ, ਇੱਕੋ ਪਿਓ ਦੇ ਪੁੱਤਰ ਹਾਂ। ਹਾਂਜੀ, ਜਗੀਰ ਲਿਖਾਏ ਲਿਹੋ ਗੁਰ ਚੱਕ ਨਾਲ, ਸ੍ਰੀ ਅੰਮ੍ਰਿਤਸਰ ਸਾਡਾ ਵੀ ਤੀਰਥ ਹੈ ਤੁਹਾਡਾ ਵੀ ਤੀਰਥ ਹੈ, ਤੁਸੀਂ ਉਹਦੇ ਨਾਂ 'ਤੇ ਕੋਈ ਸਾਡੇ ਕੋਲੋਂ ਜਗੀਰ ਲੈ ਲਓ, ਕੋਈ ਪ੍ਰੋਪਰਟੀ ਲੈ ਲਓ, 200-400 ਕਿੱਲਾ, 500 ਕਿੱਲਾ, 1000 ਕਿੱਲਾ, ਜਾਂ ਜਿੰਨਾ ਵੀ ਤੁਸੀਂ ਕਹਿੰਦੇ ਹੋ ਜ਼ਮੀਨ ਅਸੀਂ ਲਾ ਦਿੰਦੇ ਹਾਂ, ਉਹ ਜਿੰਨੀ ਜ਼ਮੀਨ ਦਾ ਤੁਸੀਂ ਪਟਾ ਲਿਖਵਾਉਣਾ ਚਾਹੁੰਦੇ ਹੋ ਲਿਖਵਾ ਲਓ, ਉਹਦਾ ਗੁਰੂ ਕਾ ਲੰਗਰ ਚੱਲੇਗਾ। ਅਬ ਤੁਮ ਕਰੋ ਨਾ ਮੁਲਕ ਉਜਾੜ, ਹੁਣ ਤੁਸੀਂ ਮੁਲਕ ਉਜਾੜੋ ਨਾ, ਤੁਹਾਡਾ ਹੀ ਹੈ ਪੰਜਾਬ, ਅਸੀਂ ਤੁਹਾਡੇ ਹੀ ਹਾਂ, ਭਰਾ ਹਾਂ, ਤੇ ਤੁਸੀਂ ਮੁਲਕ ਪੰਜਾਬ ਦਾ ਰਾਜ ਕਰੋ ਸਿੰਘੋ। ਦੋਹਰਾ ਸਭੀ ਤੁਮਾਰੋ ਦੇਸ਼ ਹੈ ਸਭ ਤੁਮਰੇ ਅਜ਼ੀਜ਼ ਭਰਾਏ, ਇਹ ਦੇਸ਼ ਪੰਜਾਬ ਤੁਹਾਡਾ ਗੁਰੂ ਨਾਨਕ ਦਾ, ਅਸੀਂ ਤੁਹਾਡੇ ਛੋਟੇ ਭਰਾ ਹਾਂ, ਅਜ਼ੀਜ਼ ਭਰਾਏ, ਅਸੀਂ ਪਿਆਰੇ ਹਾਂ, ਤੁਹਾਡੇ ਭਰਾ ਹਾਂ, ਅਤੇ ਭਰਾਵਾਂ ਨੂੰ ਥੋੜ੍ਹਾ ਮਾਰੀਦਾ ਹੁੰਦਾ, ਤੁਸੀਂ ਸਾਨੂੰ ਗੁਰੂ ਨਾਨਕ ਦੇ ਮੁਰੀਦ ਸਮਝ ਕੇ ਅਤੇ ਆਪਣੇ ਰਲ ਮਿਲ ਕੇ ਰਾਜ ਕਰਨ ਦੀ ਥਾਂ ਦਿਓ, ਅਸੀਂ ਵੀ ਰਾਜ ਕਰੀਏ, ਤੁਸੀਂ ਵੀ ਰਾਜ ਕਰੋ। ਉਨ ਹੀ ਕੋ ਦੁੱਖ ਕਿਮ ਦਇਓ ਕਈਐ ਉਨ ਸੁਖ ਦਾਈ, ਭਰਾਵਾਂ ਨੂੰ ਕੌਣ ਮਾਰਦਾ ਹੈ, ਭਰਾਵਾਂ ਨੂੰ ਕੌਣ ਦੁੱਖ ਦਿੰਦਾ ਹੈ, ਬਲਕਿ ਭਰਾਵਾਂ ਨੂੰ ਤਾਂ ਵਸਾਈ ਦਾ ਹੁੰਦਾ।
ਸੋ ਤੁਸੀਂ ਸਾਡੇ ਭਰਾ ਹੋ, ਇਸ ਕਰਕੇ ਪੰਜਾਬ ਨੂੰ ਆਬਾਦ ਕਰਨ ਵਿੱਚ ਸਾਡਾ ਸਾਥ ਦਿਓ। ਚਾਓ ਭਾਈ ਸਵੇਗ ਸਿੰਘ ਉਸ ਅੱਗਿਓਂ ਭਾਖੀ। ਅੱਗੋਂ ਭਾਈ ਸਵੇਗ ਸਿੰਘ ਜੀ ਜੰਬਰ ਬੜੇ ਸਿਆਣੇ ਪੜ੍ਹੇ ਲਿਖੇ ਵਿਦਵਾਨ ਸਨ, ਵਕੀਲ ਸਨ, ਕਹਿਣ ਲੱਗੇ ਕਿਛ ਖਾਲਸਾ ਮੈਂ ਢਿੱਗ ਦੇ ਰਾਖੀ। ਠੀਕ ਹੈ ਜੀ, ਖਾਨ ਸਾਹਿਬ ਮੈਂ ਸਿੰਘਾਂ ਕੋਲ ਜਾਵਾਂਗਾ, ਪਰ ਖਾਲੀ ਹੱਥ ਤਾਂ ਨਹੀਂ ਨਾ ਜਾਈਦਾ ਪੰਥ ਦੀ ਸ਼ਰਨ ਵਿੱਚ। ਤੁਸੀਂ ਗੱਲਾਂ ਬਾਤਾਂ ਨਾਲ ਹੀ ਮੂੰਹ ਮਿੱਠਾ ਕਰਾਈ ਜਾਂਦੇ ਹੋ, ਵੀ ਜੇ ਗੱਲਾਂ ਬਾਤਾਂ ਨਾਲ ਸਿੰਘ ਖੁਸ਼ ਹੋ ਜਾਣ ਤੇ ਤੁਸੀਂ ਚਾਹੁੰਦੇ ਹੋ ਬਾਅਦ ਚ ਫਿਰ ਦੇਖ ਲਾਂਗੇ। ਸਵੇਗ ਸਿੰਘ ਨੂੰ ਪਤਾ ਸੀ ਵੀ ਇਹ ਜਿਹੜੀਆਂ ਗੱਲਾਂ ਕਰ ਰਿਹਾ ਇਹ ਤਾਂ ਮੂੰਹ ਦੀਆਂ ਨੇ, ਇਹਦਾ ਸਿਆਸੀ ਗੱਲਾਂ ਨੇ, ਉੱਪਰੋਂ ਉੱਪਰੋਂ ਹੁਣ ਸਿੰਘਾਂ ਨੂੰ ਮਿੱਠਾ ਬਣ ਕੇ ਹੱਥ ਜੋੜ ਕੇ ਠੰਡਿਆ ਕਰਨਾ ਚਾਹੁੰਦਾ। ਭਾਈ ਸਵੇਗ ਸਿੰਘ ਕਹਿੰਦਾ ਵੀ ਇੱਦਾਂ ਨਹੀਂ, ਕੁਝ ਨਾ ਕੁਝ ਲੱਡੂ ਘੋਰਨਾ ਪੈਣਾ। ਜੇ ਤੂੰ ਕਹੇ ਵੀ ਐਵੇਂ ਹੀ ਗੱਲਾਂ ਬਾਤਾਂ ਨਾਲ ਭਰਾ ਜੀ ਕਰਕੇ ਸਿੰਘ ਮੰਨਣ ਵਾਲੇ ਆ, ਉਹਨਾਂ ਨੇ ਕਿੱਥੇ ਮੰਨਣਾ। ਖਾਲਸੇ ਨੂੰ ਪਤਾ ਲੱਗੇ ਵੀ ਕੁਝ ਆਇਆ, ਜੇ ਮੈਂ ਕੋਈ ਲੈ ਕੇ ਜਾਵਾਂਗਾ ਤਾਂ ਹੀ ਉਹ ਵੇਖਣਗੇ ਵੀ ਕੁਝ ਆਇਆ, ਤੇ ਜੇ ਮੈਂ ਐਵੇਂ ਜਾ ਕੇ ਖਲੋ ਗਿਆ ਉਹ ਕਹਿਣਗੇ ਸਵੇਗ ਸਿੰਘ ਗੱਲਾਂ ਬਾਤਾਂ ਨਾਲ ਥੋੜਾ ਮੂੰਹ ਮਿੱਠਾ ਬਣਾ, ਖੰਡ ਖਾਇਆ ਹੀ ਹੁੰਦਾ। ਹਾਂਜੀ, ਤਉ ਬਣੇ ਤੁਮ ਸਿਉ ਉਨ ਨੇਹੋ, ਤਾਂ ਹੀ ਨੇਹ ਬਣੇਗਾ ਖਾਨ ਸਾਹਿਬ ਜੇ ਕੁਝ ਦਿਓਗੇ। ਜੇ ਤੁਸੀਂ ਐਵੇਂ ਹੀ ਕਹਿ ਛੱਡੋ ਭਰਾ ਆ ਭਰਾ ਆ, ਤੇ ਇਵੇਂ ਭਰਾਵਾਂ ਨੂੰ ਤੇ ਹਿੱਸਾ ਵੀ ਦੇਣਾ ਪੈਂਦਾ, ਗੱਲਾਂ ਬਾਤਾਂ ਨਾਲ ਥੋੜਾ ਭਰਾ ਬਣਦੇ। ਹਾਂਜੀ, ਵਹੀ ਬਾਤ ਨੇ ਬਾਬੇ ਮੰਨ ਲਈ। ਨਵਾਬ ਹੁਣ ਉਹਦੀ ਬਾਂਹ ਆਈ ਸੀ ਵੇਲਣੇ ਚ ਫਸਿਆ ਬੈਠਾ ਸੀ, ਕਿਉਂ ਖਜ਼ਾਨਾ ਖਾਲੀ ਸੀ ਤੇ ਉਤੋਂ ਦਿੱਲੀ ਵਾਲੇ ਵੀ ਖੁਸ਼ ਨਹੀਂ ਸੀ ਉਹਦੇ ਉੱਤੇ, ਤੇ ਸਿੰਘ ਜਿਹੜੇ ਸੀ ਉਹ ਸੰਘੀ ਚ ਨੋਹ ਦੇਈ ਬੈਠੇ ਸਨ। ਅੰਮ੍ਰਿਤਸਰ ਬੈਠਾ ਸੀ ਖਾਲਸੇ ਦਾ ਦਲ ਬਹੁਤ ਜ਼ਿਆਦਾ, ਪਤਾ ਨਹੀਂ ਕਿਹੜੇ ਵੇਲੇ ਲਾਹੌਰ ਪਹੁੰਚ ਜਾਣ। ਲਾਹੌਰ ਤੇ ਜੇ ਸਵੇਰੇ ਤੁਰਦੇ ਤੇ ਦੁਪਹਿਰੀ ਲਾਹੌਰ ਪਹੁੰਚ ਜਾਂਦੇ, ਦੋ ਢਾਈ ਘੰਟੇ ਘੋੜਿਆਂ ਤੇ ਕਿਹੜਾ ਟਾਈਮ ਲੱਗਦਾ, ਤੇ ਜਾ ਲਾਹੌਰ ਮਾਰ ਲੈਣ ਕੀ ਕਰ ਲਾਂਗੇ। ਸਰਕਾਰ ਡਰਦੀ ਵੀ ਸੀ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਹੁਣ ਠੰਡਾ ਕਰੀਏ, ਨਹੀਂ ਤਾਂ ਇਹ ਮਾਰਨਗੇ ਸਾਨੂੰ। ਤੋ ਬਹੁਤ ਦੁਖੀ ਹੋਇਆ ਪਿਆ ਸੀਗਾ ਅਸਲਮ ਖਾਨ। ਹਾਂਜੀ, ਮਤਲਬ ਆਪਣੇ ਤੁਰਤ ਆਣ ਦਈ। ਆਪਣੇ ਮਤਲਬ ਨੂੰ ਕਹਿੰਦੇ ਗਾਉਂ ਬਣਾਵੇ ਜਾਂ, ਸਿਆਣਿਆਂ ਦੀ ਕਹਾਵਤ ਹੈ ਵੀ ਜਦੋਂ ਬੰਦੇ ਨੂੰ ਲੋੜ ਹੁੰਦੀ ਹੈ ਨਾ ਉਦੋਂ ਬੰਦਾ ਸਾਰੇ ਕੰਮ ਕਰ ਲੈਂਦਾ। ਆਪਣੀ ਗਾਉਂ ਪਿੱਛੇ ਇਹ ਅਸਲਮ ਖਾਨ ਨੇ ਗੱਲ ਮੰਨ ਲਈ। ਸਿਰੇ ਪਾਓ ਥੋ ਉਸ ਨੂੰ ਆਇਓ। ਉਸ ਨੇ ਬੜਾ ਕੀਮਤੀ ਸਰੋਪਾ, ਬੜਾ ਹੀ ਮਹਿੰਗਾ ਖਿਲਤ ਚੋਲਾ ਦਸਤਾਰ, ਜਿਹੜਾ ਨਵਾਬ ਦਾ ਹੀ ਹੁੰਦਾ, ਪੰਜਾਬ ਦੇ ਨਵਾਬ ਦੇ ਪਹਿਨਣ ਵਾਲੇ ਜਿਹੜੇ ਖਾਸ ਕੱਪੜੇ ਹੁੰਦੇ ਆ, ਉਹ ਸਰਕਾਰੀ ਕੱਪੜੇ, ਸਰਕਾਰੀ ਉਪਾਧੀ ਹੁੰਦੀ ਹੈ, ਨਹੀਂ ਵੀ ਐਵੇਂ ਹੀ ਕੱਪੜੇ ਚੁੱਕ ਕੇ ਭੇਜ ਦਿੱਤੇ। ਉਹ ਸਮਝੋ ਇੱਕ ਨਵਾਬ ਦੀ ਵਰਦੀ ਜਿਹੜੀ ਪੰਜਲੌਰ ਦਾ ਸੂਬੇਦਾਰ ਪਹਿਨਦਾ ਹੈ। ਸੋ ਸੂਬੇਦਾਰੀ ਕੋ ਖਿਲਤ ਕਲਾਇਓ। ਉਹ ਸੂਬੇਦਾਰੀ ਦਾ ਖਿਲਤ ਜਿਹੜਾ ਸੀਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜ ਦਿੱਤਾ। ਖਿਲਤ ਏਤੀ ਗੱਲ ਕਹੀ, ਤੇ ਉਹ ਖਿਲਤ ਦੇ ਕੇ ਨਾਲ ਉਹਨੇ ਲਿਖਤ ਕਰਕੇ ਕਿਹਾ, ਪੁਸ਼ਾਕ ਨਾ ਜਾਣਿਓ ਇਹ ਨਿਬਾਬੀ ਭਈ। ਇਹਨੂੰ ਕੱਲੀ ਪੁਸ਼ਾਕ ਨਾ ਸਮਝ ਲੈਣ ਸਿੰਘ ਵੀ ਚੋਲਾ ਹੀ ਆਇਆ, ਐਵੇਂ ਹੀ ਹੈ, ਇਹ ਕਹਿੰਦੇ ਅਸੀਂ ਬੜੇ ਪਾਉਂਦੇ ਹਾਂ। ਕਹਿੰਦੇ ਇਹ ਨਹੀਂ ਗੱਲ, ਇਹ ਪੰਜਾਬ ਦੀ ਮੈਂ ਨਵਾਬੀ ਦੇ ਰਿਹਾ, ਜਿੰਨਾ ਮੇਰਾ ਅਧਿਕਾਰ ਹੋਏਗਾ ਪੰਜਾਬ 'ਚ ਓਨਾ ਹੀ ਸਿੱਖਾਂ ਦਾ ਇੱਕ ਜਨਵਾਬ ਹੋਏਗਾ, ਜਿਹੜਾ ਮਰਜ਼ੀ ਬਣਾ ਲੈਣ ਉਹਦਾ ਅਧਿਕਾਰ ਹੋਵੇਗਾ, ਬਰਾਬਰ ਦਾ ਸਾਡਾ ਅਧਿਕਾਰ ਹੋਵੇਗਾ। ਇਸੇ ਸਾਥ ਹੋਗ ਲਿਖੀ ਜਗੀਰ। ਇਹਦੇ ਨਾਲ 1.25 ਲੱਖ ਰੁਪਈਆ ਨਗਦ ਹਰ ਸਾਲ ਜਗੀਰ ਮਿਲੇਗੀ,
ਜਿਹਦੇ ਨਾਲ ਸਿੰਘ ਆਪਣੇ ਘੋੜਿਆਂ ਦਾ, ਆਪਣੇ ਪਰਿਵਾਰਾਂ ਦਾ, ਆਪਣੇ ਲੋਹ ਲੰਗਰਾਂ ਦਾ, ਗੁਰਦੁਆਰਿਆਂ ਦਾ ਪ੍ਰਬੰਧ ਚਲਾ ਲੈਣਗੇ। ਇਸੇ ਸਾਥ ਹੋਗ ਮੁਲਕ ਤਤਬੀਰ, ਮੁਲਕ ਦੇ ਵਿੱਚੋਂ ਹਿੱਸਾ ਮਿਲੇਗਾ, ਸਰਕਾਰੀ ਖਜ਼ਾਨਿਆਂ ਦੇ ਵਿੱਚੋਂ ਸਿੰਘਾਂ ਨੂੰ ਟੈਕਸ ਜਾਇਆ ਕਰੇਗਾ, ਸਿੰਘ ਮਾਲਕ ਹੋਣਗੇ ਪੰਜਾਬ ਦੇ। ਇਹ ਹੈ ਨਵਾਬੀ ਅੱਧ ਸੂਬੇਦਾਰੀ, ਇਹ ਨਵਾਬੀ ਜਿਹੜੀ ਹੈ ਇਹ ਖਾਲਸਾ ਜੀ ਅੱਧੀ ਸੂਬੇਦਾਰੀ ਹੈ, ਮੈਂ ਆਪਣੀ ਅੱਧੀ ਸੂਬੇਦਾਰੀ ਤੁਹਾਨੂੰ ਦੇ ਰਿਹਾ, ਯਾਨੀ ਅੱਧਾ ਮੈਂ ਰਹਿ ਗਿਆ ਤੇ ਅੱਧੇ ਹੁਣ ਤੁਸੀਂ ਮਾਲਕ ਹੋ ਪੰਜਾਬ ਦੇ। ਉਸੇ ਮਿਲੇਗੀ ਰਈਅਤ ਸਾਰੀ, ਉਹਨੂੰ ਅਸੀਂ ਸਾਰੀ ਪ੍ਰਜਾ ਦਾ ਮਾਲਕ ਮੰਨਾਂਗੇ ਜਿਹੜਾ ਤੁਹਾਡੇ ਚ ਨਵਾਬ ਬਣੇਗਾ। ਸ਼ਾਹੀ ਪਰਵਾਨੇ ਉਸ ਨਾਏ ਆਵਗ, ਔਰ ਸ਼ਾਹੀ ਪਰਵਾਨੇ ਉਹਦੇ ਨਾਂ ਤੇ ਆਇਆ ਕਰਨਗੇ, ਦਿੱਲੀ ਤੋਂ ਵੀ ਉਹਨੂੰ ਮਾਨਤਾ ਹੋਵੇਗੀ, ਲਾਹੌਰ ਦਰਬਾਰ ਵੱਲੋਂ ਵੀ ਮਾਨਤਾ ਹੋਵੇਗੀ। ਜੇ ਕਿਤੇ ਕੋਈ ਪੰਜਾਬ ਦਾ ਵੱਡਾ ਮਸਲਾ ਵਿਚਾਰਨਾ ਹੋਏਗਾ ਤਾਂ ਦਿੱਲੀ ਬਾਦਸ਼ਾਹ ਜਿੱਥੇ ਮੇਰੇ ਨਾਲ ਗੱਲ ਕਰੇਗਾ ਉੱਥੇ ਸਿੱਖਾਂ ਦੇ ਨਵਾਬ ਨਾਲ ਵੀ ਗੱਲ ਕਰੇਗਾ, ਯਾਨੀ ਸਰਕਾਰ ਦੇ ਵਿੱਚ ਉਹਨਾਂ ਨੂੰ ਪੂਰਾ ਪੂਰਾ ਹੱਕ ਹਕੂਕ ਪ੍ਰਾਪਤ ਹੋਵੇਗਾ। ਉਹੀ ਵੰਡ ਸਭ ਲੋਗਨ ਖੁਲਾਵਗ, ਉਹ ਸਿੰਘਾਂ ਦਾ ਜਰਨੈਲ ਜਿਹੜਾ ਨਵਾਬ ਹੋਵੇਗਾ ਉਹੀ ਵੰਡ ਵੰਡ ਕੇ ਲੋਕਾਂ ਨੂੰ ਖਵਾਇਆ ਕਰੇਗਾ। ਦੋਹਰਾ ਸੂਰ ਸਤੀ ਦਾਤਾ ਹਠੀ ਤਪੀ ਜਪੀ ਜੋ ਕੋਈ, ਤੁਸੀਂ ਆਪਣੇ ਚ ਵੇਖ ਲਓ ਵੀ ਜਿਹੜਾ ਤੁਹਾਨੂੰ ਸਾਰਿਆਂ ਤੋਂ ਚੰਗਾ ਲੱਗਦਾ, ਸੂਰਮਾ ਹੋਵੇ, ਦਾਨੀ ਹੋਵੇ, ਉਹ ਵਿਦਿਆਵਾਨ ਹੋਵੇ, ਸਿਆਣਾ ਹੋਵੇ, ਜਤੀ ਸਤੀ ਹੋਵੇ, ਪੂਰਾ ਗੁਣੀ ਹੋਵੇ ਪੁਰਸ਼, ਦੇਵਿਓ ਉਸੇ ਵਿਚਾਰ ਕੈ ਜੋ ਇਸ ਲਾਇਕ ਹੋਏ, ਦੇ ਵਿਚਾਰ ਕੇ ਨਵਾਬ ਬਣਾਇਆ ਜੇ ਜਿਹੜਾ ਸਾਡੇ ਨਾਲ ਵੀ ਪੂਰਾ ਤੁਲੇ ਤੇ ਤੁਹਾਡੇ ਵਿੱਚ ਵੀ ਉਹਦਾ ਪੂਰਾ ਸਤਿਕਾਰ ਹੋਵੇ, ਚੰਗਾ ਬੰਦਾ ਨਵਾਬ ਚੁਣਿਆ ਜੇ। ਚਾਓ ਪਈ ਦਈ ਨਗਦੀ ਭੀ ਖਰਚੇ ਤਾਈ, ਸੂਬੇ ਨੇ ਸਾਧ ਸੰਗਤ ਜੀ ਨਗਦੀ ਮਾਇਆ ਵੀ ਲਿਖਤ ਤੇ ਵੱਖਰੀ ਕੀਤੀ ਜਗੀਰ ਦੀ, ਨਾਲ ਖਰਚੇ ਲਈ ਖਾਲਸੇ ਨੂੰ ਨਗਦ ਵੀ ਕੱਫਾ ਖੁੱਲਾ ਭੇਜਿਆ। ਸੁਬੇਗ ਸਿੰਘ ਤੁਰਿਓ ਜੁਗਤ ਬਣਾਈ, ਇੱਕ ਬੜਾ ਨਵਾਬੀ ਦਾ ਸੋਹਣਾ ਪੁਸ਼ਾਕਾ, ਇੱਕ ਸੁੰਦਰ ਘੋੜਾ ਤੇ ਸ਼ਸਤਰ ਭੇਟਾ ਕੀਤੇ। ਭਾਈ ਸੁਬੇਗ ਸਿੰਘ ਜੀ ਵਕੀਲ ਦਿੱਲੀ ਤੋਂ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਦੇ ਰਾਹ ਪੈ ਗਿਆ। ਜਹ ਡੇਰੋ ਥੋ ਖਾਲਸਾ ਲਾਇਓ, ਭਾਈ ਸੁਬੇਗ ਸਿੰਘ ਜੀ ਆ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲ ਪੁੰਗੇ, ਜਿੱਥੇ ਖਾਲਸੇ ਦਾ ਦੀਵਾਨ ਸਜਿਆ ਸੀ, ਪੰਥ ਖਾਲਸਾ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਆਲੇ ਦੁਆਲੇ, ਉਦੋਂ ਸ਼ਹਿਰ ਨਹੀਂ ਸੀ ਹੁੰਦਾ, ਕੋਈ ਇੱਕ ਦੋ ਬਾਜ਼ਾਰ ਸਨ, ਗੁਰੂ ਕਾ ਬਾਜ਼ਾਰ, ਮਾਈ ਸੇਵਾ ਬਾਜ਼ਾਰ ਆਦਿ, ਥੋੜ੍ਹੀ ਆਬਾਦੀ ਸੀ ਉਦੋਂ, ਬਾਕੀ ਸਾਰਾ ਪਾਸਾ ਜਿਹੜਾ ਰਾਮਸਰ ਵਾਲਾ ਹੈ ਇਹ ਖੁੱਲ੍ਹਾ ਹੁੰਦਾ ਸੀਗਾ। ਖੁੱਲ੍ਹੇ ਥਾਂ 'ਤੇ ਸਿੰਘਾਂ ਦੇ ਘੋੜੇ ਬੱਝੇ, ਛਾਉਣੀ ਪਈ ਹੋਈ ਖਾਲਸੇ ਦੀ, ਦੂਰ ਦੂਰ ਤੱਕ ਸਿੰਘਾਂ ਦੇ ਤੰਬੂ ਲੱਗੇ ਹੋਏ ਹਨ। ਵਜਹਿ ਨਗਾਰੇ ਨਿਸ਼ਾਨ ਝੁਲਾਇਓ, ਨਗਾਰੇ ਵੱਜ ਰਹੇ ਨੇ, ਨਿਸ਼ਾਨ ਸਾਹਿਬ ਝੂਲ ਰਹੇ ਨੇ ਸ੍ਰੀ ਦਰਬਾਰ ਸਾਹਿਬ ਅਕਾਲ ਪੁੰਗੇ ਦੇ ਅੱਗੇ। ਜਾ ਪਹੁੰਚਿਓ ਵਹਿ ਸਿੰਘ ਸੁਜਾਨ, ਉੱਥੇ ਖਾਲਸਾ ਜੀ ਸਿੰਘਾਂ ਦੇ ਪੰਥ ਦੇ ਵਿੱਚ ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਜੰਬਰ ਵਕੀਲ ਲਾਹੌਰ ਤੋਂ ਆ ਪਹੁੰਚੇ। ਆਗਾ ਲੱਗਿਓ ਹੁਤੋ ਖਾਲਸਾ ਦੀਵਾਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਖਾਲਸੇ ਦਾ ਦੀਵਾਨ ਸਜਿਆ ਹੋਇਆ ਸੀ। ਸਜੇ ਹੋਏ ਦੀਵਾਨ ਵਿੱਚ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵਰਗੇ, ਬਾਬਾ ਦੀਪ ਸਿੰਘ ਜੈਸੇ ਸਿਆਣੇ ਸਿਆਣੇ ਸਿੰਘ ਬੈਠੇ ਸਨ। ਪੜੈ ਸ਼ਬਦ ਔ ਬਜੈ ਰਬਾਬ, ਕੀਰਤਨ ਹੋ ਰਿਹਾ ਸੀ, ਰਬਾਬਾਂ ਵੱਜ ਰਹੀਆਂ ਸਨ, ਮਿਰਦੰਗ ਢੋਲਕੀਆਂ ਵੱਜ ਰਹੀਆਂ ਸਨ, ਸ਼ਬਦ ਬਾਣੀ ਸਿੰਘ ਪੜ ਰਹੇ ਸਨ। ਸੁਖੈ ਘੋਟੈ ਭੁੰਨੈ ਮਹਾ ਪ੍ਰਸਾਦ, ਉਹ ਸਿੰਘਾਂ ਦੀ ਜੋ ਮਰਜ਼ਾਦਾ ਹੈ, ਰਗੜੇ ਲੱਗ ਰਹੇ ਸਨ ਸ਼ਰਦਾਈਆਂ ਦੇ।
ਔਰ ਮਾਂ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋ ਰਹੀਆਂ ਸਨ। ਕੋ ਘੋੜੋ ਕੋ ਮਾਲਿਸ਼ ਕਰੇ, ਕਈ ਘੋੜਿਆਂ ਦੀਆਂ ਮਾਲਿਸ਼ਾਂ ਕਰ ਰਹੇ ਸਨ, ਘੋੜਿਆਂ ਨੂੰ ਖਰਖਣਾ ਫੇਰ ਰਹੇ ਸਨ, ਘੋੜਿਆਂ ਦੀ ਸੇਵਾ ਬਹੁਤ ਪ੍ਰੇਮ ਨਾਲ ਕਰ ਰਹੇ ਸਨ। ਕੋ ਸ਼ਸਤਰ ਮਾਂਜ ਉੱਜਲ ਕਰ ਧਰੇ, ਕਈ ਆਪਣੀਆਂ ਤਲਵਾਰਾਂ ਬਰਛਿਆਂ ਨੂੰ ਮਾਂਜ ਮਾਂਜ ਕੇ ਚਿੱਟੇ ਦੁੱਧ ਵਰਗੇ ਕੱਢ ਕੇ ਰੱਖ ਰਹੇ ਸਨ। ਕੋ ਤੀਰ ਕੋ ਬੰਦੂਕ ਚਲਾਵੇ, ਕੋਈ ਤੀਰ ਕਮਾਨ ਤੇ ਕੋਈ ਆਪਣੀ ਬੰਦੂਕ ਸਾਫ਼ ਕਰ ਰਿਹਾ ਸੀ। ਕੋ ਉਂਗਲ ਪਰ ਚੱਕਰ ਘੁਮਾਵੇ ਹੈ, ਕਈ ਆਪਣੀ ਉਂਗਲੀ ਦੇ ਚੱਕਰ ਘੁਮਾ ਕੇ ਚੱਕਰ ਚਲਾਉਣ ਦੀ ਟ੍ਰੇਨਿੰਗ ਕਰ ਰਹੇ ਸਨ, ਕਿਉਂਕਿ ਖਾਲਸਾ ਬਹੁਤ ਸੀਗਾ। ਕੋਈ ਦੀਵਾਨ ਚ ਬਾਣੀ ਪੜ੍ਹਨ ਵਾਲੇ ਹੁੰਦੇ ਆ, ਕੋਈ ਸੇਵਾ ਕਰਨ ਵਾਲੇ ਹੁੰਦੇ ਆ, ਕੋਈ ਜੰਗੀ ਹੁੰਦੇ ਆ, ਵੱਖਰੀ ਵੱਖਰੀ ਬਿਰਤੀ ਹੁੰਦੀ ਹੈ। ਕੋਈ ਘੋੜਿਆਂ ਨੂੰ ਪੱਠੇ ਪਾ ਰਿਹਾ ਸੀ, ਕੋਈ ਲੰਗਰ ਲਈ ਪਾਣੀ ਭਰ ਰਿਹਾ ਸੀ, ਕੋਈ ਸ਼ਸਤਰਾਂ ਦਾ ਅਭਿਆਸ ਕਰ ਰਿਹਾ ਸੀ। ਦੋਹਰਾ ਕੋ ਸਿੰਘਨ ਚਾਪੀ ਕਰੇ, ਕੋ ਚੌਰ ਚਲਾਏ, ਕੋਈ ਸਿੰਘਾਂ ਦੀ ਮੁੱਠੀ ਚਾਪੀ ਕਰ ਰਹੇ ਸੀ ਤੇ ਕੋਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਚੌਰ ਕਰ ਰਹੇ ਸੀ। ਉਹ ਪਾਣੀ ਲਿਆਵੇ ਹੈ ਦੂਰ ਤੇ ਬੈਠ ਇਸ਼ਨਾਨ ਕਰਾਹੇ, ਕਈ ਦੂਰੋਂ ਦੂਰੋਂ ਜਲ ਲਿਆ ਲਿਆ ਕੇ ਸਿੰਘਾਂ ਨੂੰ ਛਕਾ ਰਹੇ ਸਨ, ਕਈ ਆਪਣੇ ਸਿੰਘਾਂ ਬਜ਼ੁਰਗਾਂ ਨੂੰ ਨਵਾ ਰਹੇ ਸਨ, ਇਸ਼ਨਾਨ ਕਰਾ ਰਹੇ ਸਨ ਤੇ ਕਈ ਘੋੜਿਆਂ ਨੂੰ ਇਸ਼ਨਾਨ ਕਰਾ ਰਹੇ ਸਨ। ਚਾਉ ਪਈ ਕਈ ਸਿੰਘ ਖੜ ਦਾਤਨ ਕਰਾਹੇ, ਕਈ ਖੜੇ ਹੋ ਕੇ ਦੂਰ ਦੂਰ ਖੇਤਾਂ ਚ ਦਾਤਣਾ ਕਰ ਰਹੇ ਸਨ। ਕਈ ਸਿੰਘ ਖੜ ਕੱਛ ਬਣਾਹੇ, ਕਈ ਸਿੰਘ ਆਪਣੇ ਕਛਹਿਰੇ ਨਿਚੋੜ ਨਿਚੋੜ ਕੇ ਤਾਰਾਂ ਤੇ ਪਾਰੇ ਤੰਬੂਆਂ ਦੇ ਬੜੇ ਬੜੇ ਵੱਡੇ ਉੱਚੇ ਉੱਚੇ ਕਛਹਿਰੇ ਲੰਮੇ ਲੰਮੇ, ਕਿਸੇ ਸ਼ਰੀਕੋ ਕਰੇ ਕੋ ਨਾਹੇ, ਇੰਨਾ ਪਿਆਰ ਕੋਈ ਕਿਸੇ ਨਾਲ ਸ਼ਰੀਕਾ ਨਹੀਂ ਸੀ ਕਰਦਾ, ਇੰਨਾ ਪੰਥ ਇਕੱਠਾ ਸੀ ਫੇਰ ਵੀ ਕੋਈ ਕਿਸੇ ਨੂੰ ਮੋਢਾ ਨਹੀਂ ਸੀ ਮਾਰਦਾ, ਉਹ ਨਹੀਂ ਸੀ ਕਹਿੰਦਾ, ਬਲਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਅਦਬ ਨਾਲ ਗੁਰੂ ਦਾ ਰੂਪ ਸਮਝ ਕੇ ਬੁਲਾਉਂਦੇ ਸਨ। ਦੌੜ ਦੌੜ ਸਿੰਘ ਟਹਿਲ ਕਮਾਹੇ, ਦੌੜ ਦੌੜ ਕੇ ਸਿੰਘ ਟਹਿਲਾਂ ਕਰਦੇ ਸੀ ਖਾਲਸੇ ਦੀਆਂ। ਦੇਖ ਸੁਬੇਗ ਸਿੰਘ ਛੱਡ ਦੇ ਉਹ ਘੋੜਾ, ਜਦੋਂ ਸਾਧ ਸੰਗਤ ਜੀ ਪੰਥ ਦੀ ਮਰਜ਼ਾਦਾ ਹੈ, ਅੱਜ ਕੱਲ ਤੇ ਅਸੀਂ ਦਲਾਂ ਪੰਥਾਂ ਵਿੱਚ ਵਿਚਰੇ ਹੀ ਨਹੀਂ, ਪਤਾ ਹੀ ਨਹੀਂ ਕੀ ਪੁਰਾਣੇ ਬਜ਼ੁਰਗਾਂ ਦਾ ਰਹਿਣ ਸਹਿਣ ਕਿੱਦਾਂ ਦਾ ਸੀ। ਜਦੋਂ ਨਿਸ਼ਾਨ ਸਾਹਿਬ ਨਜ਼ਰ ਆ ਜਾਂਦਾ ਸੀ ਨਾ, ਉਦੋਂ ਘੋੜੇ ਤੋਂ ਉੱਤਰ ਜਾਂਦੇ ਸਨ ਵੀ ਖਾਲਸੇ ਪੰਥ ਦਾ ਨਿਸ਼ਾਨ ਹੈ, ਇਹਦੇ ਬਰਾਬਰ ਆਪਾਂ ਘੋੜੇ 'ਤੇ ਨਹੀਂ ਤੁਰਨਾ। ਦੂਰੋਂ ਹੀ ਬਾਬਾ ਨਵਾਬ ਸਰਦਾਰ ਸੁਬੇਗ ਸਿੰਘ ਜੀ ਭਾਈ ਜੋ ਆਏ ਸਨ, ਸੁਬੇਗ ਸਿੰਘ ਜੀ ਘੋੜੇ ਤੋਂ ਥੱਲੇ ਉੱਤਰ ਆਏ। ਕੁਣ ਸਾ ਕਰ ਕਰ ਹੱਥ ਦੋਏ ਜੋੜੇ, ਜਿੱਥੇ ਨਿਸ਼ਾਨ ਸਾਹਿਬ ਦਿਖਿਆ ਉੱਥੇ ਘੋੜੇ ਤੋਂ ਉੱਤਰ ਕੇ ਮੱਥਾ ਟੇਕਿਆ ਵੀ ਗੁਰੂ ਖਾਲਸਾ ਪੰਥ ਹੈ, ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਹੈ। ਵਾਹਿਗੁਰੂ ਜੀ ਕੀ ਫਤਿਹ ਬੁਲਾਈ, ਔਰ ਆਗੇ ਖਾਲਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ। ਅਕਾਲ ਅਕਾਲ ਕਹਿ ਉੱਚਾ ਸੁਣਾਈ, ਔਰ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਤਾਂ ਕਿ ਪਤਾ ਲੱਗ ਜੇ ਪੰਥ ਨੂੰ ਵੀ ਕੋਈ ਸਿੰਘ ਆਇਆ ਹੈ। ਦੋਹਰਾ ਅੱਗਿਓ ਖਾਲਸਾ ਆਵਾਜ਼ ਸੁਣ ਧਰਿਓ ਸੀਸ ਪਰ ਹੱਥ, ਅੱਗੋਂ ਸਿੰਘਾਂ ਨੇ ਵੀ ਦੇਖਿਆ ਵੀ ਕੋਈ ਸਿੰਘ ਆਇਆ ਲਾਹੌਰ ਤੋਂ। ਤਤ ਖਾਲਸੋ ਰੀਤ ਜੋ ਸਿੰਘ ਕਰਹਿ ਉਸ ਭਾਂਤ, ਉਸ ਵੇਲੇ ਤਤ ਖਾਲਸੇ ਦੀ ਇਹ ਮਰਜ਼ਾਦਾ ਸੀਗੀ, ਅਜੇ ਵੀ ਸਾਧ ਸੰਗਤ ਜੀ ਬੁੱਢੇ ਦਲ ਵਿੱਚ ਤਾਂ ਤਰਨੇ ਦਲ ਵਿੱਚ ਇਹ ਮਰਜ਼ਾਦਾ ਹੈ। ਜਿਹੜਾ ਸਿੰਘ ਛੁੱਟੀ ਲੈ ਕੇ ਜਾਂਦਾ ਨਾ ਘਰ, ਉਹਦੀ ਆ ਕੇ ਅਰਦਾਸ ਹੁੰਦੀ ਹੈ, ਉਹਨੂੰ ਤਨਖਾਹ ਲੱਗਦੀ ਹੈ, ਭਾਵੇਂ ਉਹਨੂੰ ਸੇਵਾ ਜਪਜੀ ਸਾਹਿਬ ਦੇ ਪਾਠ ਦੀ ਲਾ ਦੇਣ, ਭਾਵੇਂ ਪੰਜ ਦਾਤਣਾ ਲਿਆ ਕੇ ਲਾ ਦੇਣ, ਉਹਦਾ ਇਹ ਮਤਲਬ ਹੈ ਵੀ ਇਹ ਹੁਣ ਘਰ ਗਿਆ ਸੀ, ਪਤਾ ਨਹੀਂ ਕਿੱਦਾਂ ਦੀ ਮਰਿਆਦਾ ਇਹਦੀ, ਪੰਥ ਵਿੱਚ ਰਹੇਗਾ ਪੰਥ ਦੀ ਮਰਿਆਦਾ ਨਾਲ ਵਿਚਰੇਗਾ।
ਉਸ ਵੇਲੇ ਮਰਿਆਦਾ ਹੁੰਦੀ ਸੀ ਪੰਥ ਦੇ ਵਿੱਚ। ਚਾਹੋ ਭਾਈ ਜਿਮ ਸੁਬੇਗ ਸਿੰਘ ਢਿੱਗ ਚੁੱਕ ਆਵੇ। ਕਿਉਂ ਜੋ ਭਾਈ ਸੁਬੇਗ ਸਿੰਘ ਨਿਮਰਤਾ ਨਾਲ ਪੰਥ ਵਿੱਚ ਆ ਰਹੇ ਸਨ। ਕਰੈ ਕੁਨਸ ਅਵਸੀਸ ਝੁਕਾਵੇ, ਸਿੰਘਾਂ ਨੂੰ ਸਿਰ ਝੁਕਾਉਂਦੇ ਸਨ, ਫਤਿਹ ਗਜਾਉਂਦੇ ਸਨ। ਦੇਖ ਖਾਲਸਾ ਹੋਏ ਪ੍ਰਸੰਨ, ਖਾਲਸਾ ਉਹਨਾਂ ਨੂੰ ਵੇਖ ਕੇ ਖੁਸ਼ ਹੋ ਰਿਹਾ ਸੀ ਵੀ ਸਾਡੇ ਭਰਾ ਆਏ ਹੈ। ਕਹੇ ਖਾਲਸਾ ਅੱਗਿਓ ਧੰਨ, ਖਾਲਸਾ ਕਹਿੰਦਾ ਧੰਨ ਭਾਈ ਸਾਹਿਬ ਜੀ, ਧੰਨ ਹੋ ਜੀ ਆਇਆ ਨੂੰ। ਢੁੱਕ ਢਿੱਗ ਸੋ ਰਹਿਓ ਖਲੋਏ, ਜਦੋਂ ਨੇੜੇ ਆ ਗਿਆ ਜਿੱਥੇ ਜੋੜੇ ਉਤਾਰੇ ਹੁੰਦੇ ਆ, ਉੱਥੇ ਆ ਕੇ ਸੁਬੇਗ ਸਿੰਘ ਖਲੋ ਗਿਆ। ਲਾਏ ਤਨਖਾਹ ਅਬ ਬਖਸ਼ੀਏ ਮੋਹੇ, ਉਹਨੇ ਆਪ, ਕਿਉਂਕਿ ਉਹਨੂੰ ਪਤਾ ਸੀਗਾ ਇਹਨਾਂ ਦੀ ਮਰਜ਼ਾਦਾ ਕੀ ਹੈ, ਉਹਨੇ ਆਪ ਕਿਹਾ ਸਿੰਘੋ ਹੁਣ ਮੈਨੂੰ ਤਨਖਾਹ ਲਾ ਦਿਓ ਤੇ ਬਖਸ਼ ਕੇ ਫਿਰ ਅੰਦਰ ਆਵਾਂਗਾ। ਐਵੇਂ ਨਹੀਂ ਸੀ ਸਿੱਧੇ ਜਾ ਕੇ ਬਹਿ ਜਾਂਦੇ ਦੀਵਾਨ ਵਿੱਚ, ਪਹਿਲਾਂ ਅਰਦਾਸ ਹੁੰਦੀ ਸੀ ਵੀ ਇਹ ਸਿੰਘ ਆਇਆ ਮਹਾਰਾਜ ਜੀ ਇਹਦੀ ਭੁੱਲ ਚੁੱਕ ਮਾਫ਼ ਕਰਨੀ, ਯਾਤਰਾ ਵਿੱਚ ਕਈ ਗਲਤੀਆਂ ਹੋ ਜਾਂਦੀਆਂ, ਬਖਸ਼ ਲੈਣੀ ਆ। ਇੱਦਾਂ ਭਾਈ ਸੁਬੇਗ ਸਿੰਘ ਆਪ ਜੋੜਿਆਂ 'ਚ ਖੜ ਗਏ, ਸਿੰਘੋ ਖਾਲਸਾ ਜੀ ਮੇਰੀ ਅਰਦਾਸ ਕਰੋ ਤੇ ਮੈਂ ਪੰਥ ਵਿੱਚ ਸ਼ਾਮਿਲ ਹੋਵਾਂ। ਹੈ ਖਾਲਸੋ ਸਭ ਬਖਸ਼ਣ ਯੋਗ, ਮੇਰੀਆਂ ਭੁੱਲਾਂ ਬਖਸ਼ੋ ਖਾਲਸਾ ਜੀ, ਪੰਥ ਬਖਸ਼ਣ ਯੋਗ ਹੈ, ਪੰਥ ਗੁਰੂ ਦਾ ਰੂਪ ਹੈ। ਹਮ ਤਨਖਾਹੀ ਘਰ ਬਾਰੀ ਲੋਕ, ਅਸੀਂ ਤਨਖਾਹੀਏ ਹਾਂ। ਹੁਣ ਇਹ ਦੇਖੋ ਤਨਖਾਹੀਆ ਸ਼ਬਦ ਕਿੱਥੋਂ ਚੱਲਿਆ, ਤਨਖਾਹੀਆ ਆਪਾਂ ਹੁਣ ਕੋਈ ਵੀ ਗਲਤੀ ਕਰੇ ਉਹਨੂੰ ਕਹਿੰਦੇ ਇਹ ਤਨਖਾਹੀਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿਸੇ ਬੰਦੇ ਨੂੰ ਵੀ ਆਪਾਂ ਛੇਕਦੇ ਹਾਂ, ਪਹਿਲਾਂ ਉਹਨੂੰ ਤਨਖਾਹੀਆ ਕਰਾਰ ਦਿੰਦੇ ਫਿਰ ਉਹਨੂੰ ਛੇਕਿਆ ਜਾਂਦਾ, ਇਹ ਨਹੀਂ ਮਰਿਆਦਾ ਵੀ ਸਿੱਧਾ ਹੀ ਛੇਕ ਦੇਣਾ, ਪਹਿਲਾਂ ਤਨਖਾਹੀਆ ਕਰਦੇ ਆ। ਅਤੇ ਤਨਖਾਹੀਏ ਦਾ ਮਤਲਬ ਹੁੰਦਾ ਸੀ ਵੀ ਜਿਹੜਾ ਉਸ ਵੇਲੇ ਪੰਥ ਨਾਲੋਂ ਵੱਖਰਾ ਹੋ ਕੇ ਸਰਕਾਰ ਕੋਲੋਂ ਤਨਖਾਹ ਲੈਂਦਾ ਹੋਵੇ ਅਤੇ ਸਰਕਾਰ ਦੇ ਨਾਲ ਮਿਲ ਕੇ ਰਹਿੰਦਾ ਹੋਵੇ, ਉੱਥੋਂ ਫਿਰ ਜਿਹੜੇ ਉਹ ਲੋਕ ਆਉਣੇ ਸ਼ੁਰੂ ਹੋਏ ਪੰਥ ਵਿੱਚ, ਉਹਨਾਂ ਨੂੰ ਕਹਿੰਦੇ ਸੀ ਇਹ ਤਨਖਾਹੀਏ ਆ ਗਏ, ਤਨਖਾਹ ਲੈਂਦੇ ਆ। ਉਹਨਾਂ ਨੂੰ ਫਿਰ ਤਨਖਾਹ ਦੀ ਵਿਵੇਕ ਲੱਗਦੀ ਸੀ, ਪਹਿਲਾਂ ਤਨਖਾਹ ਤੋਂ ਵਿਵੇਕ ਸ਼ਬਦ ਸੀਗਾ, ਵਿਵੇਕ ਲਾਓ। ਸੋ ਸਿੰਘੋ ਮੈਨੂੰ ਹੁਣ ਤਨਖਾਹ ਲਾਓ, ਵਿਵੇਕ ਲਾਓ, ਬਖਸ਼ੋ। ਹੋਏ ਪ੍ਰਸੰਨ ਬਚ ਖਾਲਸਾ ਕੀਓ, ਉਹਦੀ ਨਿਮਰਤਾ ਵੇਖ ਕੇ ਖਾਲਸੇ ਦੀ ਮਰਿਆਦਾ ਨੂੰ ਮੰਨ ਰਿਹਾ, ਆਪ ਹੱਥ ਜੋੜ ਕੇ ਖੜਾ ਹੈ ਤੇ ਭਾਈ ਸੁਬੇਗ ਸਿੰਘ ਨੂੰ ਸਿੰਘਾਂ ਨੇ ਤਨਖਾਹ ਲਾਈ। ਲਾਏ ਤਨਖਾਹੇ ਬਖਸ਼ਣ ਕਹਿ ਦਿਓ, ਉਸੇ ਵੇਲੇ ਅਰਦਾਸ ਕਰਤੀ, ਠੀਕ ਹੈ ਭਾਈ ਸਾਹਿਬ ਜੀ ਤੁਸੀਂ ਬਖਸ਼ੇ ਗਏ ਹੋ, ਤੁਸੀਂ ਗੁਰੂ ਪੰਥ ਵਿੱਚ ਆਏ ਹੋ, ਠੀਕ ਹੈ ਵੀ ਤੁਹਾਡੀਆਂ ਮਜਬੂਰੀਆਂ, ਤੁਸੀਂ ਸਰਕਾਰੀ ਨੌਕਰੀ ਕਰਦੇ ਹੋ, ਤੁਰਕਾਂ ਦੇ ਅਧੀਨ ਰਹਿੰਦੇ ਹੋ, ਪਰ ਮਨ ਤਾਂ ਗੁਰੂ ਨਾਲ ਹੈ ਨਾ, ਇਸ ਕਰਕੇ ਬਖਸ਼ ਦਿੱਤੇ ਗਏ ਹੋ। ਖਾਲਸਾ ਹੁਕਮ ਕੀ ਪੰਜ ਭੁਜੰਗਨ, ਪੰਜ ਸਿੰਘਾਂ ਨੂੰ ਹੁਕਮ ਹੋਇਆ ਵੀ ਅਰਦਾਸ ਕਰੋ। ਤਨਖਾਹ ਮਨਾਏ ਬਖਸ਼ਿਓ ਭਲ ਰੰਗਨ, ਪੰਜ ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਨਖਾਹ ਲਾ ਕੇ ਭਾਈ ਸੁਬੇਗ ਸਿੰਘ ਜੀ ਨੂੰ ਬਖਸ਼ਿਆ। ਸੁਬੇਗ ਸਿੰਘ ਤਉ ਪੰਥ ਬਹਾਇਓ, ਫਿਰ ਉਹ ਪੰਥ ਵਿੱਚ ਬਹਿਣ ਦੇ ਹੱਕਦਾਰ ਹੋ ਗਏ। ਏਦਾਂ ਨਹੀਂ ਵੀ ਜਿਹੜਾ ਵੀ ਆਵੇ ਵਿੱਚ ਬਹਿ ਜਾਏ ਮੀਟਿੰਗ ਦੇ ਤੇ ਆਪਣੇ ਬਚਨ ਕਰੀ ਜਾਵੇ, ਇਹ ਅੱਜ ਕੱਲ੍ਹ ਦਾ ਰਿਵਾਜ ਹੈ। ਤੇ ਜੋ ਮਰਜ਼ੀ ਬੋਲੀ ਜਾਵੇ, ਗੁਰੂ ਦੇ ਖਿਲਾਫ਼ ਬੋਲੀ ਜੇ, ਬਾਣੀ ਦੇ ਖਿਲਾਫ਼ ਬੋਲੀ ਜੇ, ਬਾਣੇ ਦੇ ਖਿਲਾਫ਼ ਬੋਲੀ ਜੇ, ਆਪਾਂ ਸੁਣੀ ਜਾਂਦੇ ਹਾਂ, ਪਰ ਉਹ ਗੱਲ ਉਦੋਂ ਨਹੀਂ ਸੀ। ਉਦੋਂ ਤਾਂ ਇਹ ਸੀ ਵੀ ਪਹਿਲਾਂ ਉਹਨੂੰ ਤਨਖਾਹ ਲੱਗਦੀ ਸੀ, ਫਿਰ ਉਹਨੂੰ ਵਿੱਚ ਪਾਇਆ ਜਾਂਦਾ ਸੀ ਵੀ ਦੱਸ ਹੁਣ ਕੀ ਗੱਲ। ਸੋ ਬਾਈ ਭਾਈ ਸੁਬੇਗ ਸਿੰਘ ਜੀ ਹੁਣ ਸਿੰਘਾਂ ਦੇ ਵਿੱਚ ਬੈਠ ਗਏ, ਭਰਾ ਬਣ ਗਏ। ਕਰ ਆਦਰ ਉਸ ਪ੍ਰਸ਼ਨ ਪੁਛਾਇਓ, ਆਦਰ ਕਰਕੇ ਬੜੇ ਸਤਿਕਾਰ ਦੇ ਨਾਲ ਸਿੰਘਾਂ ਨੇ ਪੁੱਛਿਆ। ਸੁਬੇਗ ਸਿੰਘ ਤਬ ਸਭ ਗੱਲ ਕਹੀ, ਦੱਸੋ ਭਾਈ ਸੁਬੇਗ ਸਿੰਘ ਜੀ ਕਿਵੇਂ ਆਏ ਹੋ ਜੀ ਆਇਆਂ ਨੂੰ, ਹੁਣ ਦੱਸੋ। ਪਹਿਲਾਂ ਮਰਿਆਦਾ ਪੂਰੀ ਕੀਤੀ ਸੀ ਅਕਾਲ ਤਖ਼ਤ ਸਾਹਿਬ ਜੀ ਦੀ, ਫਿਰ ਉਹਨੂੰ ਪਿਆਰ ਨਾਲ ਪੁੱਛਿਆ। ਅੱਗੋਂ ਸੁਬੇਗ ਸਿੰਘ ਜੀ ਜੰਬਰ ਇਉਂ ਬੋਲੇ, ਲਿਆਇਓ ਹੁਤੋ ਧਾਰ ਮੋਹਰੈ ਦਈ, ਜੋ ਭਾਈ ਸੁਬੇਗ ਸਿੰਘ ਜੀ ਮੋਹਰਾਂ ਲੈ ਕੇ ਆਏ ਸੀ ਸੋਨੇ ਦੀਆਂ ਚਾਂਦੀ ਦੀਆਂ,
ਜੋ ਮਾਇਆ ਲੈ ਕੇ ਆਏ ਸੀ ਉਹ ਪੰਥ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਕੋ ਸਿੰਘ ਕਹੇ ਲੁੱਟ ਮਚਾਇਓ, ਅਗੋਂ ਸਿੰਘ ਬੜੇ ਜੰਗੀ ਸਨ, ਕਹਿੰਦੇ ਲੁੱਟ ਲਓ ਖਾਲਸਾ ਜੀ, ਸਰਕਾਰੀ ਮਾਲ ਆਇਆ ਲੁੱਟ ਲਈਏ। ਏਦਾਂ ਨੀ ਲੈਂਦੇ ਹੁੰਦੇ ਸਿੰਘ, ਤਾਂ ਲੁੱਟ ਮਾਰ ਕੇ ਹੀ ਲੈਂਦੇ ਆ। ਕੋ ਕਹੇ ਇਸ ਦੂਰ ਹਟਾਇਓ, ਤੇ ਕਈ ਕਹਿੰਦੇ ਨੀ ਆਪਾਂ ਨੀ ਲੁੱਟਣਾ, ਪਰੇ ਕਰੋ ਇਹ ਸਰਕਾਰੀ ਮਾਲ, ਖਾਲਸੇ ਨੇ ਕੀ ਕਰਨਾ, ਲੈ ਜਾਓ ਚੁੱਕੇ ਨੂੰ, ਇਹ ਨੀ ਗੁਰੂ ਸਾਹਿਬ ਦੇ ਅੱਗੇ ਰੱਖਣਾ। ਸੁਬੇਗ ਸਿੰਘ ਤਿੰਨ ਅੱਗਿਓਂ ਉਚਾਰੀ, ਉਹਨਾਂ ਸਿੰਘਾਂ ਜੰਗੀਆਂ ਦੀ ਗੱਲ ਸੁਣ ਕੇ ਭਾਈ ਸੁਬੇਗ ਸਿੰਘ ਹੱਥ ਜੋੜ ਕੇ ਬੋਲੇ, ਇਹ ਕਿਆ ਕਹੋ ਤੁਮ ਗੱਲ ਆ ਵਿਚਾਰੀ। ਸਿੰਘੋ ਆਹ ਗੱਲ ਕੀ ਕਰ ਰਹੇ ਹੋ ਤੁਸੀਂ, ਤੁਸੀਂ ਵਿਚਾਰ ਨਾਲ ਗੱਲ ਕਰੋ, ਸਿਆਣਪ ਤੋਂ ਕੰਮ ਲਓ, ਇਹ ਰਾਜਨੀਤੀ ਦੇ ਦਾ ਪੇਚ ਹਨ, ਇਹਨੂੰ ਬਰੀਕੀ ਨਾਲ ਸਮਝੋ। ਹਾਂਜੀ, ਦੋਹਰਾ ਸੁਬੇਗ ਸਿੰਘ ਨੇ ਤਬ ਕਹਿਓ ਖਾਲਸੇ ਸੋ ਹੱਥ ਜੋੜ। ਸੁਬੇਗ ਸਿੰਘ ਨੇ ਸਮਝ ਲਿਆ ਵੀ ਸਿੰਘਾਂ ਦਾ ਪੰਥ ਬੜਾ ਤਿਆਗੀ ਬਰਾਗੀ ਹੈ, ਇਹਨਾਂ ਨੂੰ ਮਾਇਆ ਦਾ ਲਾਲਚ ਨਹੀਂ ਹੈ, ਪਰ ਇਹਨਾਂ ਨੂੰ ਸਮਝਾਉਣਾ ਪਏਗਾ ਤਾਂ ਕਿ ਪੰਥ ਦਾ ਸਾਰਿਆਂ ਦਾ ਭਲਾ ਹੋ ਜਾਵੇ। ਹੱਥ ਜੋੜ ਕੇ ਭਾਈ ਸੁਬੇਗ ਸਿੰਘ ਪੰਥ ਖਾਲਸੇ ਦੇ ਸਾਹਮਣੇ ਇਉਂ ਬੇਨਤੀ ਕਰਨ ਲੱਗਾ, ਗਰੀਬਨ ਕੀ ਰੱਖਿਆ ਕਰੋ ਲਿਹੋ ਤੁਰਕਣ ਤੇ ਤੋੜ। ਖਾਲਸਾ ਜੀ, ਇਹ ਸਮਾਂ ਆਪਣੇ ਹੱਥੋਂ ਨਾ ਗਵਾਓ, ਇਹ ਜਿਹੜਾ ਸਮਾਂ ਹੈ, ਇਹ ਜਿਹੜੀ ਮਾਇਆ ਆਈ ਹੈ ਨਾ, ਇਹਨੂੰ ਆਉਣ ਦਿਓ, ਤੇ ਤੁਸੀਂ ਨਵਾਬੀਆਂ ਲਓ, ਪੰਜਾਬ ਦਾ ਅੱਧਾ ਰਾਜ ਆ ਗਿਆ ਜੇ, ਤੇ ਅੱਧਾ ਬਾਕੀ ਵੀ ਤੁਸੀਂ ਲੈ ਲੈਣਾ, ਤੁਸੀਂ ਇਹ ਤਾਂ ਲਓ ਨਾ ਜਿਹੜਾ ਮਿਲਦਾ, ਤੇ ਲੈ ਕੇ ਇਹਦੇ ਨਾਲ ਗਰੀਬਾਂ ਦੀ ਰੱਖਿਆ ਕਰੋ, ਜਦੋਂ ਗਰੀਬ ਤੁਹਾਡੇ ਥੱਲੇ ਆ ਜਾਣਗੇ, ਸੁਖੀ ਹੋਣਗੇ, ਉਹ ਆਪੇ ਸਰਕਾਰ ਤੋਂ ਹਟ ਜਾਣਗੇ ਮਾਮਲਾ ਦੇਣ, ਜਦੋਂ ਮਾਮਲਾ ਉਧਰੋਂ ਹਟ ਗਿਆ ਰਾਜ ਤੁਹਾਡਾ ਹੋ ਜਾਏਗਾ। ਤੁਸੀਂ ਸਮਝਦੇ ਕਿਉਂ ਨੀ, ਕਿਉਂ ਕਾਲੇ ਪੈ ਜਾਂਦੇ ਹੋ? ਚਾਉ ਪਈ ਸੋ ਖਾਲਸਾ ਨੇ ਮੰਨ ਲਈ। ਸੋ ਖਾਲਸੇ ਨੇ ਭਾਈ ਸੁਬੇਗ ਸਿੰਘ ਜੀ ਦੀ ਇਹ ਬੇਨਤੀ, ਜਿਹੜੇ ਵਿਚਾਰਵਾਨ ਬਾਬਾ ਦਰਬਾਰਾ ਸਿੰਘ ਜੀ ਵਰਗੇ, ਭਾਈ ਸਾਹਿਬ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ ਸਿਆਣੇ ਬਜ਼ੁਰਗ ਸਿੰਘ ਸਨ, ਉਹਨਾਂ ਨੇ ਮੰਨ ਲਈ। ਪਾਤਸ਼ਾਹੀ ਕੈ ਸਿਰ ਕੋੜ ਟਿਕਵਈ, ਕਹਿੰਦੇ ਅਸੀਂ ਤਾਂ ਲੈਣੀ ਤਾਂ ਪਾਤਸ਼ਾਹੀ ਹੈ, ਚਲੋ ਇਹ ਜਿਹੜੀ ਭੇਟਾ ਜੀ ਆਈ ਹੈ ਨਾ ਤੁਛ ਜੀ, ਇਹ ਵੀ ਪ੍ਰਵਾਨ ਕਰ ਲੈਨੇ ਆ। ਤੁਰਕਾਂ ਭੇਜਿਓ ਤੁਸੀਂ ਕਿਮ ਮੋੜੋ। ਹਾਂ, ਭਾਈ ਸੁਬੇਗ ਸਿੰਘ ਕਹਿੰਦੇ ਤੁਰਕਾਂ ਨੇ ਭੇਜੀ ਹੈ ਨਵਾਬੀ, ਨਾ ਮੋੜੋ ਸਿੰਘੋ, ਕਿਉਂ ਮੋੜਦੇ ਹੋ? ਖਾਹੋ ਵਰਤੋ ਔਰ ਲੈਣ ਲੋੜੋ, ਖਾਓ ਵਰਤੋ ਤੇ ਹੋਰ ਮੰਗਣ ਵਾਸਤੇ ਹੋਰ ਲੈਣ ਵਾਸਤੇ ਤਿਆਰੀ ਰੱਖੋ, ਜਿਹੜਾ ਆਇਆ ਉਹ ਵਾਪਸ ਨਾ ਕਰੋ, ਤੇ ਜਿਹੜਾ ਗੱਫਾ ਹੋਰ ਲੈਣਾ ਉਹਦੀ ਤਿਆਰੀ ਰੱਖੋ, ਜਿਹੜਾ ਅੱਧਾ ਰਾਜ ਰਹਿੰਦਾ ਉਹ ਵੀ ਖੋਹ ਲੈਣਾ ਆਪਾਂ। ਦੋਹਰਾ ਦਰਬ ਸੋ ਆਈ ਥੀ ਤਉ ਖਾਲਸਾ ਲਈ ਵਰਤਾਏ, ਸੋ ਜਿਹੜੀ ਮਾਇਆ ਆਈ ਸੀ ਨਾ ਉਸੇ ਵੇਲੇ ਸਿੰਘਾਂ ਨੇ ਪੰਥ ਵਿੱਚ ਵਰਤਾ ਦਿੱਤੀ। ਕਹਿਓ ਦਰਬਾਰੇ ਸਿੰਘ ਕੋ ਤੂੰ ਨਵਾਬੀ ਲੈ ਸਿਰੋ ਪਾਓ। ਸਾਰੇ ਸਿੰਘ ਕਹਿਣ ਲੱਗੇ, ਬਾਬਾ ਦਰਬਾਰਾ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੋ ਜਥੇਦਾਰ ਸਨ, ਬੁੱਢੇ ਦਲ ਦੇ ਦੂਸਰੇ ਜਥੇਦਾਰ ਮੰਨੇ ਜਾਂਦੇ, ਬਾਬਾ ਦਰਬਾਰਾ ਸਿੰਘ ਜੀ, ਉਹਨਾਂ ਨੂੰ ਕਿਹਾ ਵੀ ਬਾਬਾ ਜੀ ਇਹ ਜਿਹੜੀ ਦਸਤਾਰ ਹੈ ਨਵਾਬੀ ਦੀ ਤੁਸੀਂ ਆਪਣੇ ਸਿਰ ਬੰਨ ਲਓ, ਤੁਸੀਂ ਨਵਾਬ ਬਣ ਜਾਓ ਪੰਥ ਦੇ। ਚਾਉ ਪਈ ਦਰਬਾਰਾ ਸਿੰਘ ਅੱਗਿਓਂ ਕਹੀ, ਅੱਗੋਂ ਬਾਬਾ ਦਰਬਾਰਾ ਸਿੰਘ ਇਉਂ ਬੋਲੇ, ਅਸੀਂ ਨਵਾਬੀ ਕਦ ਚਾਹੇ ਲਈ। ਖਾਲਸਾ ਜੀ, ਅਸੀਂ ਨਵਾਬੀ ਕੀ ਕਰਨੀ ਹੈ, ਅਸੀਂ ਨਵਾਬੀ ਕਿਉਂ ਲਈਏ? ਹਮ ਕੋ ਸਤਿਗੁਰ ਬਚਨ ਪਾਤਸ਼ਾਹੀ, ਸਾਨੂੰ ਤਾਂ ਸ੍ਰੀ ਕਲਗੀਧਰ ਮਹਾਰਾਜ ਨੇ ਪਾਤਸ਼ਾਹੀ ਦਾ ਬਚਨ ਦਿੱਤਾ, ਪਾਤਸ਼ਾਹੀ ਲੈਣੀ ਹੈ, ਵੱਡੀ ਹੁੰਦੀ ਪਾਤਸ਼ਾਹੀ, ਅਸੀਂ ਛੋਟੀ ਚੀਜ਼ ਨੀ ਲੈਣੀ, ਅਸੀਂ ਵੱਡੀ ਲਵਾਂਗੇ। ਹਮ ਕੋ ਜਾਪਤ ਢਿੱਗ ਸੋ ਆਹੀ, ਸਾਨੂੰ ਲੱਗਦਾ ਉਹ ਨੇੜੇ ਆ ਰਹੀ ਹੈ, ਸਾਨੂੰ ਜਾਪਦਾ ਵੀ ਥੋੜੇ ਦਿਨਾਂ ਨੂੰ, ਅੱਜ ਤੇ ਨਵਾਬੀ ਆਈ ਹੈ,
ਥੋੜੇ ਸਮੇਂ ਚ ਪਾਤਸ਼ਾਹੀ ਵੀ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚਰਨਾਂ ਚ ਝੁਕੇਗੀ। ਹਮ ਰਾਖਤ ਪਾਤਸ਼ਾਹੀ ਦਾਵਾ, ਅਸੀਂ ਤੇ ਪਾਤਸ਼ਾਹੀ ਦਾਵਾ ਰੱਖਦੇ ਹਾਂ, ਨਵਾਬੀ ਨੂੰ ਛੋਟੀ ਸਮਝਦੇ ਹਾਂ। ਜਾਂ ਇਤ ਕੋ ਜਾਂ ਅਗਲੋ ਪਾਵਾ, ਜਾਂ ਇੱਥੋਂ ਦੀ ਪਾਤਸ਼ਾਹੀ ਕਰਾਂਗੇ ਜਾਂ ਸ਼ਹੀਦ ਹੋ ਕੇ ਅੱਗੇ ਦੀ ਕਰਾਂਗੇ, ਪਰ ਅਸੀਂ ਇਹ ਨਵਾਬੀ ਨੀ ਲੈਣੀ। ਜੋ ਸਤਿਗੁਰ ਸਿੱਖਣ ਕਹੀ ਬਾਤ, ਜੋ ਸ੍ਰੀ ਕਲਗੀ ਧਰਮ ਮਹਾਰਾਜ ਸੱਚੇ ਪਾਤਸ਼ਾਹ ਬਾਜਾਂ ਵਾਲੇ ਸਤਿਗੁਰਾਂ ਨੇ ਸਾਨੂੰ ਬਚਨ ਕਹੇ ਨੇ, ਭੋਗ ਸਾਈ ਨਹਿ ਖਾਲੀ ਜਾਤ, ਕੋਈ ਬਚਨ ਪੂਰੇ ਹੋਣੇ ਆ, ਪਾਤਸ਼ਾਹੀ ਸਾਨੂੰ ਮਿਲਣੀ ਮਿਲਣੀ ਆ, ਬਚਨ ਕਲਗੀ ਧਰ ਦੇ ਖਾਲੀ ਨਹੀਂ ਜਾਣੇ। ਧਰੂ ਵਿਦਰਤ ਔ ਧਵਲ ਡੁਲਾਏ, ਜੇ ਧਰੂ ਵੀ ਆਪਣੇ ਆਸਣ ਤੋਂ ਡੋਲ ਜਾਵੇ, ਧਰਤੀ ਦੇ ਥੱਲੇ ਜਿਹੜਾ ਬਲਦ ਹੈ ਉਹ ਵੀ ਆਪਣੀ ਮਰਿਆਦਾ ਛੱਡ ਦੇਵੇ, ਖੰਡ ਬ੍ਰਹਮੰਡ ਉਲਟ ਜਾਣ, ਪਰ ਇੱਕ ਸਾਧ ਬਚਨ ਅਟਲਾਦਾ, ਸ੍ਰੀ ਕਲਗੀ ਧਰ ਦੇ ਬਚਨ ਅਟਲ ਹਨ। ਸਤਿਗੁਰ ਬਚਨ ਨਾ ਖਾਲੀ ਜਾਏ, ਸਤਿਗੁਰਾਂ ਦੇ ਬਚਨ ਨਹੀਂ ਖਾਲੀ ਜਾਣਗੇ। ਪਾਤਸ਼ਾਹੀ ਛੱਡ ਕੇ ਮਲਹਿ ਨਵਾਬੀ, ਅਸੀਂ ਹੁਣ ਪਾਤਸ਼ਾਹੀ ਛੱਡ ਕੇ ਨਵਾਬੀ ਕਿਵੇਂ ਲਈਏ ਸਿੰਘੋ? ਪਰਾਧੀਨ ਜਿਹ ਮਾਹੇ ਖਰਾਬੀ, ਇਹ ਪਰਾਧੀਨ ਹੈ, ਉਹਦੇ ਚ ਖਰਾਬੀ ਹੈ, ਤੰਗੀ ਹੈ, ਅਸੀਂ ਨਵਾਬੀ ਇਹਨਾਂ ਦੇ ਅਧੀਨ ਹੋ ਕੇ ਕਰਾਂਗੇ? ਇਹ ਨੀ ਕਰਨੀ ਅਸੀਂ ਨਵਾਬੀ। ਦੋਹਰਾ ਹਮ ਪਾਤਸ਼ਾਹੀ ਸਤਿਗੁਰ ਦਈ, ਸਾਨੂੰ ਤਾਂ ਸਤਿਗੁਰਾਂ ਨੇ ਪਾਤਸ਼ਾਹੀ ਦਿੱਤੀ ਹੈ। ਹੰਨੈ ਹੰਨੈ ਲਾਈ, ਅਸੀਂ ਹੰਨੇ ਹੰਨੇ ਬਾਲਕ ਬਣਨਾ ਮੁਲਕਾਂ ਦੇ, ਜਹਿ ਜਹਿ ਬਹਿ ਜ਼ਮੀਨ ਮਲ, ਥਾਂ ਥਾਂ ਤੇ ਸਾਡਾ ਹੀ ਰਾਜ ਆਉਣਾ ਸਾਰੀ ਧਰਤੀ ਤੇ, ਤਹਿ ਤਹਿ ਤਖ਼ਤ ਬਣਾਏ, ਜਿੱਥੇ ਜਿੱਥੇ ਬਾਂਗੇ ਉੱਥੇ ਉੱਥੇ ਸਾਡੇ ਤਖ਼ਤ ਬਣ ਜਾਣਗੇ। ਚਾਉ ਪਈ ਇਸੀ ਭਾਂਤ ਬਹੁ ਸਿੱਖਣ ਕਹੀ, ਇਸ ਤਰ੍ਹਾਂ ਬਾਕੀ ਸਿੰਘਾਂ ਨੂੰ ਵੀ ਕਿਹਾ ਤੁਸੀਂ ਨਵਾਬੀ ਲੈ ਲਓ, ਉਹ ਕਹਿੰਦੇ ਨਾ ਅਸੀਂ ਤੇ ਪਾਤਸ਼ਾਹੀ ਲੈਣੀ। ਤੀਸਰੇ ਨੂੰ ਆਖਿਆ ਤੁਸੀਂ ਬਾਬਾ ਜੀ ਲੈ ਲਓ, ਕਹਿੰਦਾ ਨਾ ਮੈਂ ਵੀ ਪਾਤਸ਼ਾਹੀ ਲੈਣੀ। ਜਿਹਨੂੰ ਕਹਿੰਦੇ ਨਵਾਬੀ ਨੂੰ ਠੰਗ ਠੋਕਰਾਂ ਮਾਰ ਦੇ, ਅੱਜ ਦੇ ਸਾਧ ਸੰਗਤ ਜੀ ਕੋਈ ਛੋਟੀ ਮੋਟੀ ਸੈਕਟਰੀ ਦੀ ਜਾਂ ਕੋਈ ਛੋਟੀ ਮੋਟੀ ਸਾਨੂੰ ਕਿਤੇ ਸਰਕਾਰ ਦੇ ਵਿੱਚ ਕੁਰਸੀ ਮਿਲ ਜਾਏ ਨਾ, ਅਤੇ ਆਪਾਂ ਉਹਦੇ ਪਿੱਛੇ ਇੱਕ ਦੂਜੇ ਦੀਆਂ ਪੱਗਾਂ ਲਾ ਦਿੰਦੇ ਹਾਂ, ਮੈਂ ਬਣਨਾ ਮੈਂ ਬਣਨਾ। ਉਹ ਕਿਹੋ ਜਿਹੇ ਸਿੰਘ ਸਨ ਵੀ ਨਵਾਬੀ ਪੈਰਾਂ 'ਚ ਰੁਲ ਰਹੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ, ਇੱਦਾਂ ਨਵਾਬੀ ਦੀ ਹਾਲਤ ਬਣੀ ਆ ਜਿਵੇਂ ਗੇਂਦ ਨੂੰ ਪੈਰ ਠੁੱਡੇ ਮਾਰ ਮਾਰ ਕੇ ਅੱਗੇ ਅੱਗੇ ਧੱਕੀ ਜਾਂਦੇ ਆ। ਹਾਂਜੀ, ਹਮ ਕੋ ਲੋੜ ਨਵਾਬੀ ਨਹੀਂ, ਸਾਨੂੰ ਨੀ ਨਵਾਬੀ ਚਾਹੀਦੀ, ਅਸੀਂ ਨੀ ਨਵਾਬ ਬਣਨਾ। ਹੁਣ ਮੰਗੀ ਕਦ ਦਈ ਪਤਸ਼ਾਹੀ, ਹਾਂ ਅਸੀਂ ਤੇ ਰਾਜ ਲੈਣਾ, ਪਾਤਸ਼ਾਹੀ ਲੈਣੀ ਹੈ, ਮੰਗਿਆ ਥੋੜਾ ਮਿਲਦੀ ਹੈ, ਤੇਗ ਨਾਲ ਲਵਾਂਗੇ। ਪੰਥ ਛੱਡ ਬਹਿਓ ਕਬ ਉਨ ਕੋ ਪਾਹੀ, ਹਾਂ ਜੇ ਅਸੀਂ ਛੱਡ ਕੇ ਬਹਿ ਗਏ ਦਾਵਾ ਤੇ ਫਿਰ ਪਾਤਸ਼ਾਹੀ ਕਿਵੇਂ ਮਿਲੇਗੀ? ਜੇ ਨਵਾਬੀ ਤੇ ਹੀ ਅਸੀਂ ਟਿਸਕ ਗਏ ਵੀ ਨਵਾਬੀ ਮਿਲ ਗਈ ਆਰਾਮ ਨਾਲ ਬਹਿ ਜਾਓ, ਫਿਰ ਪਾਤਸ਼ਾਹੀ ਕਿਵੇਂ ਲਵਾਂਗੇ? ਪੰਥ ਤੁਰਕਣ ਕੋ ਐਸੋ ਮੇਲ, ਤੁਰਕਾਂ ਦਾ ਤੇ ਸਾਡਾ ਏਦਾਂ ਦਾ ਮੇਲ ਹੈ, ਬਰੂਦ ਅਗਨ ਕੋ ਜੈਸੋ ਖੇਲ, ਅੱਗ ਦਾ ਤੇ ਬਰੂਦ ਦਾ ਹੁੰਦਾ, ਕਿਸੇ ਸਿੰਘ ਕੋ ਯਹ ਭੀ ਦੇਹੋ, ਹਾਂ ਕਿਸੇ ਸਿੰਘ ਨੂੰ ਦੇ ਦਿਓ। ਫਿਰ ਸਿਆਣਿਆਂ ਨੇ ਆਖਿਆ ਬਾਬਾ ਜੀ ਸਵੇਗ ਸਿੰਘ ਜੀ ਕਹਿੰਦੇ ਏਦਾਂ ਕਰੋ, ਇਹਨੂੰ ਆਈ ਹੋਈ ਚੀਜ਼ ਨੂੰ ਨਾ ਜਾਣ ਦਿਓ, ਪਾਤਸ਼ਾਹੀ ਵੀ ਤੁਹਾਡੇ ਕੋਲ ਆ ਜਾਣੀ, ਕਿਸੇ ਨੂੰ ਨਵਾਬ ਬਣਾ ਲਓ। ਫਿਰ ਕਹਿਣ ਲੱਗੇ ਕਿਹਨੂੰ ਬਣਾਈਏ? ਉਸ ਵੇਲੇ ਨਿਗਾਹ ਪਈ ਇੱਕ ਨੌਜਵਾਨ ਸਿੰਘ 'ਤੇ ਜਿਹਦੀ ਉਮਰ ਉਸ ਵੇਲੇ 35-36 ਸਾਲ ਦੀ ਸੀ, ਸਰਦਾਰ ਕਪੂਰ ਸਿੰਘ ਜੀ, ਫੈਜ਼ਲਾਪੁਰ ਦੇ ਰਹਿਣ ਵਾਲੇ ਵਿਰਕ ਜਾਤੀ ਵਿੱਚੋਂ, ਬੜੇ ਲੰਮੇ ਉੱਚੇ ਸੋਹਣੇ ਗੱਭਰੂ ਜਵਾਨ ਸੀਗੇ, ਇੱਥੇ ਮੱਥੇ 'ਤੇ ਅਤੇ ਗੱਲ ਦੇ ਉੱਤੇ ਤਲਵਾਰ ਦਾ ਤਾਜ਼ਾ ਫੱਟ ਲੱਗਾ ਹੋਇਆ ਸੀਗਾ ਕਿਸੇ ਜੰਗ ਵਿੱਚ, ਅਤੇ ਅਜੇ ਉਹ ਜ਼ਖਮ ਪੂਰਾ ਠੀਕ ਨਹੀਂ ਸੀ ਹੋਇਆ, ਪੱਖਾ ਚੱਲ ਰਹੇ ਸੀ ਪੰਥ ਦੇ ਦੀਵਾਨ ਵਿੱਚ, ਘੋੜਿਆਂ ਦੀ ਲਿੱਦ ਚੁੱਕਣੀ, ਭਾਂਡੇ ਮਾਂਜਣੇ, ਸੇਵਾ ਕਰਨੀ, ਜੰਗ ਦੇ ਵਿੱਚ ਮੂਹਰੇ ਹੋ ਕੇ ਲੜਨਾ,
ਉਸ ਸਿੰਘ ਦੇ ਸਿਰ 'ਤੇ ਨਵਾਬੀ ਦੀ ਪੱਗ ਬੰਨ੍ਹ ਕੇ ਨਵਾਬੀ ਦਾ ਖਿਲਤ ਪਵਾਇਆ ਗਿਆ ਅਤੇ ਖਾਲਸਾ ਜੀ ਇਹਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਰ ਸੀਗਾ। ਜਦੋਂ 6 ਮਹੀਨਿਆਂ ਦਾ ਸੀ ਇਹ ਬੱਚਾ, ਇਹਦੇ ਪਿਤਾ ਸਰਦਾਰ ਦਲੀਪ ਸਿੰਘ ਵਿਰਕ ਪਿੰਡ ਤੋਂ ਬੱਚੇ ਨੂੰ ਲੈ ਕੇ ਮਾਤਾ ਪਿਤਾ ਕਲਗੀਧਰ ਕੋਲ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਗਏ ਸਨ ਅਤੇ ਹਜ਼ੂਰ ਦਸਵੇਂ ਪਾਤਸ਼ਾਹ ਦੀ ਗੋਦੀ 'ਚ ਬੱਚਾ ਪਾ ਦਿੱਤਾ। ਕਲਗੀਧਰ ਪਾਤਸ਼ਾਹ 6 ਮਹੀਨੇ ਦੇ ਬੱਚੇ ਵੱਲ ਦੇਖ ਕੇ ਕਹਿਣ ਲੱਗੇ, ਤੇ ਸਾਡਾ ਨਵਾਬ ਹੈ। ਉਹ ਵਚਨ ਅੱਜ ਪੂਰਾ ਹੋ ਗਿਆ, ਉਸ ਭੁਜੰਗੀ ਨੂੰ ਨਵਾਬੀ ਮਿਲ ਗਈ। ਉਹ ਪੰਥ ਦਾ ਨਵਾਬ ਕਪੂਰ ਸਿੰਘ ਕਰਕੇ ਪ੍ਰਸਿੱਧ ਹੋਏਗਾ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਨੀ ਹੈ। ਸਾਡੇ 'ਤੇ ਬੜੀ ਕਿਰਪਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ। ਮਹਾਂਪੁਰਸ਼ਾਂ ਦੇ ਸੰਗ, ਮਹਾਂਪੁਰਸ਼ਾਂ ਦੇ ਦਰਸ਼ਨ ਹੋ ਰਹੇ। ਸਤਿਕਾਰਯੋਗ ਸੰਤ ਬਾਬਾ ਭੁਪਿੰਦਰ ਸਿੰਘ ਜੀ ਜਰਗ ਵਾਲੇ, ਜੋ ਮਹਾਨ ਵਿਦਵਾਨ ਪੰਥ ਦੇ ਸੇਵਕ ਅੱਜ ਸਾਡੇ ਵਿੱਚ ਤਸ਼ਰੀਫ ਲਿਆਏ ਨੇ, ਉਹਨਾਂ ਨੇ ਆਪਾਂ ਨੂੰ 1 ਘੰਟੇ ਵਾਸਤੇ ਗੁਰੂ ਚਰਨਾਂ ਨਾਲ ਜੋੜਨਾ। ਅਗਲੇ ਵਿਦਵਾਨਾਂ ਵਿੱਚ ਉਹਨਾਂ ਨੇ ਹਾਜ਼ਰੀਆਂ ਭਰਨੀਆਂ। ਇਸ ਕਰਕੇ ਮਹਾਂਪੁਰਸ਼ਾਂ ਦੇ ਕਰਕੇ ਆਪਾਂ ਸਮੇਂ ਨੂੰ ਥੋੜ੍ਹਾ ਜਿਹਾ ਬਦਲਿਆ ਹੈ। ਅੱਗੇ ਕਥਾ 7:40 ਤੋਂ 8:40 ਹੁੰਦੀ ਹੈ, ਹੁਣ ਆਪਾਂ 7:10 ਤੋਂ ਲੈ ਕੇ 8 ਵਜੇ ਤੱਕ ਹਾਜ਼ਰੀਆਂ ਭਰਿਆ ਕਰਨੀਆਂ ਨੇ। ਸਮਾਂ ਹੋ ਚੁੱਕਾ ਹੈ, ਦਾਸ ਇੱਥੇ ਹੀ ਖਿਮਾ ਦਾ ਜਾ ਚੁੱਕਾ। ਆਓ ਮੰਗਲ ਸਮਾਪਤੀ ਦਾ ਪੜ੍ਹੀਏ ਤੇ ਸਮਾਪਤੀ ਕਰੀਏ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਹੇ ਮਾਇਆ ਧਾਰ, ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਜੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ